ਮੇਰੇ ਰਾਮ ਮੇਰੇ ਰਾਮ ਰਾਮ ਕਿਸ ਕਾ
Thank you.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਵਾਹਿਗੁਰੂ।
ਜੇ ਮਰ ਜਾਣੇ ਸਕੋਏ ਮਰਨ ਨ ਮੰਦਾ ਲੋਕਾਂ ਅੱਖੀਏ ਮਰਨ ਨ ਮੰਦਾ ਲੋਕਾਂ ਅੱਖੀਏ ਜੇ ਮਰ ਜਾਣੇ ਸਕੋਏ ਮੰਦਾ ਲੋਕਾਂ ਆਖੀਏ ਮਰਨ ਨ ਮੰਦਾ ਲੋਕਾਂ ਆਖੀਏ ਮਰਨ ਨ ਮੰਦਾ ਲੋਕਾਂ ਆਖੀਏ ਮਰਨ ਨ ਮੰਦਾ ਲੋਕਾਂ ਸਾਹਿਬ ਸਮਰਤ ਆਪਣਾ ਪੰਥ ਸੁਹੇਲਾ ਅੱਗੇ ਹੋਏ ਸੇਵੇ ਹੋ ਸਾਹਿਬ ਸਮਰਤ ਆਪਣਾ ਅਗੇ
ਮਿਲੇ ਵਡਾਈ 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 ਪੰਤ ਸੁਹਿਲ ਜਾਓ ਤਾਂ ਪਲ ਪਾਵੋ ਆਗੇ ਮਿਲੇ Thank you.
ਮੰਦਾ ਲੋਕਾਂ ਆਖੀਏ ਜੇ ਕੋਈ ਮਰ ਜਾਣੇ ਮਰਨ ਨਾ ਮੰਦਾ ਲੋਕਾਂ ਆਖੀਏ ਜੇ ਕੋਈ ਮਰ ਮਰਨ ਨਮੰਦਾ ਲੋਕਾਂ ਆਖੀਏ ਜੇ ਮਰ ਜਾਣ ਸਕੋਏ ਜੇ ਮਰ ਜਾਣ ਸਕੋਏ ਮਰਨ ਨਮੰਦਾ ਲੋਕਾਂ ਆਖੀਏ ਮਰਨ ਨਮੰਦਾ ਲੋਕਾਂ ਆਖੀਏ ਮਰਨ ਮੁਨ ਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਮਰਨ ਮੁਨ ਸਾ ਸੂਰਿਆ ਹੱਕ ਹੈ ਮਰਨ ਮੁਨ ਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਜੋ ਹੋਏ ਮਰਨ ਪਰਵਾਣੋ ਮਰਨ ਮੁਨ ਸਾ ਸੂਰਿਆ ਹੱਕ ਹੈ ਸੂਰਿਆ ਹੱਕ ਹੈ ਮਰਨ
ਦਰਗਹਿ ਮਾਨ ਪਾਵੇ ਪਤ ਸੋ ਜਾਵੇ ਦਰਗਹਿ ਮਾਨ ਪਾਵੇ ਪਤ ਸੋ ਜਾਵੇ ਆਗੇ ਦੁੱਖ ਹੈ ਮਰਨ ਮਨ ਸਾ
ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਬਾਗਾ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਬਾਗਾ ਲਾਲ ਰੰਗ
ਕੋ ਲਗਾ ਜਿਸ ਕੇ ਵੱਡ ਬਾਗਾ। ਲਾਲ ਰੰਗ ਜਿਸ ਕੋ ਲਗਾ ਜਿਸ ਕੇ ਵੱਡ ਬਾਗਾ। ਲਾਲ ਰੰਗ
ਫਿਰ ਦੁੱਖ ਨਾ ਪਾਇਆ ਜਰਾ ਕੀਮਤ ਕਹੀ ਨਾ ਜਾਈਏ
ਜਸ ਗਾਇਓ ਕੋਟ ਜਨਮ ਕੇ ਦੁਖ ਗਾ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਜਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਇ ਸੋ ਕਵਣ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਦੂਰ ਕਰਮੀ ਆਪੋ ਆਪਣੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਬ ਬ੍ਰਹਿਮੰਡ ਦੇ ਸਿਰਜਕ
ਸਰਬ ਕਾਨਾਤਕ ਦੇ ਜਨਮਦਾਤਾ ਜੀਵਾਂ ਦੇ ਉੱਪਰ ਰਹਿਮ ਬਖਸ਼ਾਂ ਨਿਆਮਤਾਂ ਦੇ ਭੰਡਾਰੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਸ ਗੁਰੂ ਸਾਹਿਬਾਨ ਦੀ ਜਗ ਦੀ ਜੋਤ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਭਲੀ ਭੰਤ ਜਾਣਦੇ ਹੋ ਕਿਉਂਕਿ ਇਸ ਪਿੰਡ 'ਚੋਂ ਪਿਛਲੇ 2 ਸਾਲ ਤੋਂ ਲਗਾਤਾਰ ਆਪ ਜੀ ਪਾਸ ਪੁੱਜੀਆਂ ਬੱਸਾਂ ਦੁਆਰਾ ਆਪ ਉੱਥੇ ਆ ਕੇ ਹਾਜ਼ਰੀ ਭਰਦੇ ਹੋ। ਜਾਣਦੇ ਹੋ ਕਿ ਦਮਦਮੀ ਟਸਾਲ ਦੇ ਵਰਤਮਾਨ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪ੍ਰਧਾਨ ਸੰਤ ਸਮਾਜ ਤਿੰਨਾਂ ਨੇ ਸਮੂਹ ਪਿੰਡਾਂ ਦੀ 40-45 ਪਿੰਡ ਬਣਦੇ ਨੇ ਮੈਂ ਤੇ ਚੌਂਕ ਤੇ ਇਰਦ ਗਿਰਦ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹਾਂ। ਹੈੱਡਕੁਆਰਟਰ ਗੁਰਦਰਸ਼ਨ ਪ੍ਰਕਾਸ਼ ਤੋਂ ਬਾਹਰ ਆ ਕੇ ਦੀਵਾਨ ਪਿਛਲੇ 7 ਸਾਲ ਤੋਂ ਸਜਾਏ ਨੇ। ਕਿਸ ਸੰਦਰਭ 'ਚ ਸ਼ਹੀਦੀ ਦਿਹਾੜਾ ਸ਼ਹੀਦੀ ਦੀਵਾਨ ਅੱਜ ਦਾ ਇਹ 5ਵਾਂ ਸਮਾਗਮ ਸੰਤ ਬਾਬਾ ਗੁਰਭੇਜ ਸਿੰਘ ਹੌਲਗੜ੍ਹ ਸਾਹਿਬ ਸਹਿਜੋਲੇ ਲਵਾਲਿਆਂ ਵੱਲੋਂ ਹੈ। ਉਹਨਾਂ ਨੇ ਅੱਗੇ ਹੋ ਕੇ ਸੰਗਤ ਨੂੰ ਪ੍ਰੇਰਨਾ ਦੇ ਕੇ ਆਯੋਜਿਤ ਕੀਤਾ ਔਰ ਅਸੀਂ ਉਸ ਯੋਧਿਆਂ ਨੂੰ ਯਾਦ ਕਰਨਾ ਉਹਨਾਂ ਸ਼ਹੀਦਾਂ ਨੂੰ ਨਮਨ ਕਰਨਾ ਸ਼ਹੀਦੀ ਇਹ ਦਿਹਾੜੇ ਚੱਲਦੇ ਪਏ ਨੇ। ਜਦ ਵੀ 84 ਦੀ ਯਾਦ ਫਿਰ ਜੂਨ ਚੜ੍ਹਦੀ ਹੈ ਹਰ ਸਾਲ ਤਾਂ ਦੀ ਦਿਲ ਬਲੁੰਦਰੇ ਜਾਂਦੇ ਨੇ ਦਿਲਾਂ ਦੇ ਉੱਪਰ ਕਹਿਰ ਵਰਤਦਾ ਹੈ। ਉਸ ਵੇਲੇ ਦੀ ਜੋ ਤਤਕਾਲੀਨ ਸਰਕਾਰ ਸੀ ਤੋਪਾਂ ਨਾਲ ਗੋਲਿਆਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਾਡੇ ਪਾਵਨ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਕਿਵੇਂ ਬੇਹੁਰਮਤੀ ਕੀਤੀ ਕਿਵੇਂ ਮਾਸੂਮ ਜਿੰਦਾਂ ਉੱਥੇ ਸ਼ਹੀਦੀਆਂ ਪਾ ਗਈਆਂ ਪਰ ਉਹਨਾਂ ਦਾ ਅਜੇ ਵੀ ਅਤਿਆਚਾਰ ਉੱਦਾਂ ਹੀ ਜਾਰੀ ਸੀ। ਸੰਤ ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਮਰਦੇ ਮੁਜਾਹਿਦ ਖਾਲਸਾ ਜੀ ਪਿੰਡਰਾਂ ਵਾਲੇ ਤਿੰਨਾਂ ਨੇ ਅਗਵਾਈ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਉਹ ਅਸੀਂ ਫਿਰ ਸ਼ਹੀਦਾਂ ਦੀ ਯਾਦ ਮਨਾ ਰਹੇ ਹਾਂ 6 ਜੂਨ ਨੂੰ ਮਹਿਤਾ ਚੌਂਕ ਵਿਖੇ ਵਿਚਰ ਕੇ ਪਿੰਡਾਂ 'ਚ ਸੰਗਤਾਂ ਨੂੰ ਯਾਦਾਸ਼ਤ ਦੇ ਰਹੇ ਹਾਂ ਜਿਨ੍ਹਾਂ ਨੂੰ ਪਹਿਲੇ ਹੀ ਪਤਾ ਹੈ ਲੰਗਰ ਤੁਸੀਂ ਲਾਉਂਦੇ ਹੋ ਦਰਸ਼ਨ ਤੁਸੀਂ ਦਿੰਦੇ ਹੋ ਆਉਣਾ ਹਾਜ਼ਰੀ ਭਰਨੀ ਅਤੇ ਸ਼ਹੀਦਾਂ ਦੇ ਕੋਲੋਂ ਹੈ ਸ਼ਹੀਦ ਤੁਸੀਂ ਸ਼ਹੀਦੀ ਪਾ ਗਏ ਹੋ ਅਸੀਂ ਤੁਹਾਡੇ ਪੈਰੇਕਾਰ ਹਾਂ ਅਸੀਂ ਅੱਜ ਆਏ ਹਾਂ ਹਾਜ਼ਰੀ ਪ੍ਰਵਾਨ ਕਰੋ ਸਾਨੂੰ ਇਹ ਰਹਿਮਤਾਂ ਬਖਸ਼ੋ ਗੁਰੂ ਦੇ ਲਾਲ ਲੱਗਣ ਦੀ। ਇਸ ਅਜੋਈ ਦੇ ਨਾਲ ਪਹਿਲਾਂ ਭੁਚੰਗੀਆਂ ਨੇ ਫਿਰ ਹਜ਼ੂਰੀ ਜਥਾ ਭਾਈ ਰਣਜੀਤਰਾਂ ਨੇ ਸ਼ਬਦ ਕੀਰਤਨ ਆਪ ਜੀ ਨੂੰ ਸਰਵਨ ਕਰਾਇਆ। ਮਹਾਂਪੁਰਖਾਂ ਨੇ ਅਤਿਅੰਤ ਜੇਵਿਆਂ 'ਚੋਂ
ਸ਼੍ਰੀ ਅਰਜਨ ਬੇਗਨ ਕੇ ਨਾਸਕ ਬੇਗਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੁ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬੇਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੁੱਲਾ ਭੁੱਲਾ ਝੰਜੂ ਦੋਏ ਸੋਏ ਨੀ ਹੁਤੋ ਭਗੀਰਥ ਜੋਏ ਕੁੱਲਾ ਭੁੱਲਾ ਝੰਜੂ ਦੋਏ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਜੁਗੋ ਜੁਗਾ ਟਲ ਗਰੀਬ ਨਿਵਾਜ ਸਤਿਗੁਰੂ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਨਗਰ ਚਾਟੀ ਬਿਣਦੀਆਂ ਸਮੁੱਚੀਆਂ ਸੰਗਤਾਂ ਵੱਲੋਂ 6 ਜੂਨ 1984 ਦਾ ਉਹ ਘੱਲੂ ਘਰ ਹੈ ਜਦੋਂ ਸਮੇਂ ਦੀ ਜ਼ਾਲਮ ਹਕੂਮਤ ਨੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ। ਉਸ ਹਮਲੇ ਨੂੰ ਪਛਾੜਦਿਆਂ ਹੋਇਆਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣੇ ਅਣਗਿਣਤ ਸਿੰਘਾਂ ਦੇ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਖਾਲਸਾ ਪੰਥ ਦੀ ਆਨ ਅਤੇ ਸ਼ਾਨ ਦੀ ਖਾਤਰ ਮਹਾਨ ਸ਼ਹੀਦੀਆਂ ਦੇਣਾ ਕੀਤੀਆਂ। ਉਹਨਾਂ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਇਹਨਾਂ ਸ਼ਹੀਦੀ ਗੁਰਮਤਿ ਸਮਾਗਮਾਂ ਦੀ ਲੜੀ ਚੱਲ ਰਹੀ ਹੈ। ਬਹੁਤ ਹੀ ਸਨਮਾਨਯੋਗ ਸੰਤ ਬਾਬਾ ਗੁਰਭੇਜ ਸਿੰਘ ਜੀ ਖੁਡਾਲੇ ਵਾਲੇ ਬੁਲਾਰੇ ਸੰਤ ਸਮਾਜ ਉਹਨਾਂ ਦੇ ਉੱਦਮ ਨਾਲ ਉਹਨਾਂ ਦੇ ਉਪਰਾਲੇ ਨਾਲ ਇਸ ਨਗਰ ਦੇ ਵਿੱਚ ਇੱਕ ਦਿਨ ਦੇ ਗੁਰਮਤਿ ਸਮਾਗਮ ਰੱਖੇ ਹਨ। ਆਪ ਸੰਗਤਾਂ ਨੇ ਦਮਦਮੀ ਟਕਸਾਲ ਦੇ ਵਿਦਿਆਰਥੀ ਭਟੰਗੀ ਸਿੰਘਾਂ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਸਤਿਸੰਗਤ ਜੀ, ਇਸ ਨਗਰ ਦੀਆਂ ਸੰਗਤਾਂ ਧੰਨਤਾ ਦੇ ਯੋਗ ਹਨ। ਮੈਨੂੰ ਸਿੰਘਾਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਇੱਥੋਂ ਸਾਰੇ ਨਗਰ ਦੀ ਸੰਗਤ ਬੱਸਾਂ ਦੇ ਵਿੱਚ ਅਸਵਾਰ ਹੋ ਕਰਕੇ ਗੱਡੀਆਂ ਨਾਲ ਲੈ ਕੇ 6 ਜੂਨ ਦੇ ਇਸ ਮਹਾਨ ਸ਼ਹੀਦੀ ਡੋਲ ਮੇਲੇ ਦੇ ਸਮਾਗਮ ਉੱਤੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਮ ਹਮਾ ਕੇ ਜਾ ਕੇ ਸੰਗਤਾਂ ਪਹੁੰਚਦੀਆਂ ਹਨ ਔਰ ਸ਼ਹੀਦੀ ਸਮਾਗਮਾਂ ਵਿੱਚ ਹਾਜ਼ਰੀ ਭਰਦੀਆਂ ਹਨ। ਮੈਂ ਸਾਰੇ ਨਗਰ ਦੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ ਔਰ ਆਪ ਸਾਰਾ ਹੀ ਨਗਰ ਹਰ ਸਾਲ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਹੁੰਮ ਹਮਾ ਕੇ ਪਹੁੰਚ ਕੇ ਦਰਸ਼ਨ ਦਿਆ ਕਰੋ, ਹਾਜ਼ਰੀਆਂ ਭਰਿਆ ਕਰੋ ਔਰ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਆਪਾਂ ਆਪਣਾ ਜੀਵਨ ਸਫਲ ਬਣਾਉਣਾ ਹੈ। ਸਤਿਸੰਗਤ ਜੀ, ਅੱਜ ਮਹਾਨ ਸ਼ਹੀਦ ਸ੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦਾਂ ਦਾ ਵੀ ਦਿਹਾੜਾ ਸੰਗਤਾਂ ਬੜੀ ਸ਼ਰਧਾ ਨਾਲ ਮਨਾ ਰਹੀਆਂ ਹਨ ਕਿਉਂਕਿ ਜੋ ਸ੍ਰੀ ਮੁਕਤਸਰ ਸਾਹਿਬ ਜੀ ਦੀ ਧਰਤੀ 'ਤੇ ਖਿਦਰਾਣੇ ਦੀ ਢਾਬ ਦੇ ਉੱਤੇ ਮੁਗਲਾਂ ਦੀ ਲੱਖਾਂ ਦੀ ਫੌਜ ਨੇ ਦਸਮ ਪਿਤਾ ਮਹਾਰਾਜ ਜੀ ਨੂੰ ਅਤੇ ਨਾਲ ਦੇ ਸਿੰਘਾਂ ਨੂੰ ਘੇਰਾ ਪਾ ਕੇ ਬੜਾ ਭਾਰੀ ਜੰਗ ਕੀਤਾ। ਉਸ ਜੰਗ ਦੇ ਵਿੱਚ ਅਮਰ ਸ਼ਹੀਦ ਮਹਾਂਪੁਰਖ ਜਥੇਦਾਰ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਵਿੱਚ 40 ਸਿੰਘਾਂ ਨੇ ਮਹਾਨ ਸ਼ਹਾਦਤਾਂ ਦਿੱਤੀਆਂ ਔਰ ਇਹਨਾਂ ਸਿੰਘਾਂ ਨੂੰ 40 ਮੁਕਤਿਆਂ ਦਾ ਵਰਦਾਨ ਮੇਰੇ ਕਲਗੀਆਂ ਵਾਲੇ ਸਤਿਗੁਰੂ ਨੇ ਆਪ ਬਖਸ਼ਿਸ਼ ਕੀਤਾ। 40 ਸਿੰਘ ਚਮਕੌਰ ਸਾਹਿਬ ਵੀ ਸ਼ਹੀਦ ਹੋਏ ਹੈ, ਜਿਹਦੇ ਵਿੱਚ 5 ਪਿਆਰਿਆਂ ਵਿੱਚੋਂ 3 ਪਿਆਰੇ
ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ ਔਰ ਦੋ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ, ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਹੋਈ ਹੈ। ਪਰ ਇਹ 40 ਸਿੰਘ ਸਨ ਜਿਨ੍ਹਾਂ ਨੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਲੱਖਾਂ ਦੀ ਫੌਜ ਨਾਲ ਸਤਿਗੁਰਾਂ ਦੀ ਅਗਵਾਈ ਵਿੱਚ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਦੁਨੀਆ ਦੇ ਅੰਦਰ ਵੀਰਤਾ ਦਾ ਬਾ ਕਮਾਲ ਕ੍ਰਿਸ਼ਮਾ ਦਿਖਾਉਂਦਿਆਂ 22 ਲੱਖ ਦੀ ਫੌਜ ਦੇ ਨਾਲ ਜੂਝ ਕੇ ਮਹਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ। 125 ਲੱਖ ਦੇ ਨਾਲ ਇੱਕ ਇੱਕ ਸਿੰਘ ਜੂਝਿਆ, ਉਹ 40 ਸੂਰਮੇ ਬਹਾਦਰ ਸ਼ਹੀਦ ਸਨ। ਪਰ ਮੁਕਤਸਰ ਸਾਹਿਬ ਜੀ ਦੀ ਧਰਤੀ 'ਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੰਘ ਗਿਣਤੀ ਵਿੱਚ ਇਹ ਵੀ 40 ਸਨ, ਪਰ ਇਹਨਾਂ ਨੂੰ ਮੁਕਤੀਆਂ ਦਾ ਵਰਦਾਨ ਸਤਿਗੁਰੂ ਜੀ ਨੇ ਬਖਸ਼ਿਆ। ਔਰ ਵੈਸਾਖ ਦੇ ਅੰਦਰ ਇਹ ਬੜਾ ਭਾਰੀ ਭਿਆਨਕ ਯੁੱਧ ਹੋਇਆ, ਪਰ ਕਲਗੀਧਰ ਪਾਤਸ਼ਾਹ ਜੀ ਨੇ ਇਹ ਬਚਨ ਉੱਥੇ ਕੀਤੇ ਸਨ ਕਿ ਹਰ ਮਾਘ ਦੇ ਮਹੀਨੇ ਦੀ ਸੰਗਰਾਂਦ ਨੂੰ ਭਾਵ ਮਾਘੀ ਵਾਲੇ ਦਿਨ ਦੁਨੀਆ ਭਰ ਵਿੱਚੋਂ ਜਿਹੜਾ ਵੀ ਸਿੱਖ ਮਾਈ ਭਾਈ ਮੁਕਤਸਰ ਸਾਹਿਬ ਆ ਕੇ ਉਹ ਖਿਦਰਾਣੇ ਦੀ ਢਾਬ ਉੱਤੇ, ਉਦੋਂ ਇਹ ਖਿਦਰਾਣੇ ਦੀ ਢਾਬ ਸੀ, ਨਿਰਮਲ ਤਲਾਅ ਸੀ, ਅੱਜ ਉੱਥੇ ਬੜਾ ਸੁੰਦਰ ਸਰੋਵਰ ਬਣਿਆ ਹੋਇਆ ਹੈ। ਸਰੋਵਰ ਦੇ ਕਿਨਾਰੇ 'ਤੇ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਇਹ ਅਸਥਾਨ ਸੁਭਾਵਾਨ ਹਨ। ਜਿਹੜਾ ਪ੍ਰਾਣੀ ਮਾਘੀ ਦੇ ਦਿਨ 'ਤੇ ਆ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸ਼ਹੀਦਾਂ ਦੀ ਯਾਦ ਵਿੱਚ ਹਾਜ਼ਰੀ ਭਰੇਗਾ, ਦੇਖ ਕਰਾਏਗਾ, ਦਰਸ਼ਨ ਕਰੇਗਾ, ਸਤਿਗੁਰੂ ਜੀ ਨੇ ਵਰਦਾਨ ਦਿੱਤੇ ਸਨ ਕਿ ਉਹ ਸਿੱਖ ਨੂੰ ਹਮੇਸ਼ਾ ਲਈ ਮੁਕਤੀ ਦੀ ਦਾਤ ਪ੍ਰਾਪਤ ਹੋਏਗੀ। ਕਰ ਖਿਦਰਾਣੇ ਢਾਬ ਕੋ ਮੁਕਤ ਮੁਕਤ ਸਰਕੀਨ, ਖਿਦਰਾਣੇ ਦੀ ਜਲ ਦੀ ਤਲਾਬ ਦੀ ਢਾਬ ਨੂੰ ਮਹਾਰਾਜ ਜੀ ਨੇ ਮੁਕਤ ਸਰ ਦਾ ਨਾਮ ਦਿੱਤਾ ਕਿ ਮੁਕਤੀ ਦਾ ਸਰੋਵਰ ਹੈ, ਜਿੱਥੇ 40 ਸਿੰਘ ਮੁਕਤੇ ਮਹਾਨ ਸ਼ਹੀਦ ਹੋਏ ਹੈ। ਉਹ ਸਰੋਵਰ ਦੇ ਵਿੱਚ ਜਿਹੜਾ ਪ੍ਰਾਣੀ ਆ ਕੇ ਇਸ਼ਨਾਨ ਕਰੇਗਾ ਮਾਘੀ ਵਾਲੇ ਦਿਨ, ਉਹ ਮੁਕਤੀ ਦਾ ਦਾਨ ਪ੍ਰਾਪਤ ਕਰੇਗਾ। ਇਹ ਵਰਦਾਨ ਦਿੱਤੇ ਸਨ, ਤਦ ਹੀ ਉੱਥੇ ਮਾਘੀ ਦਾ ਜੋੜ ਮੇਲਾ ਲੱਖਾਂ ਦੀ ਗਿਣਤੀ ਵਿੱਚ ਭਰਦਾ ਹੈ। ਪਰ ਸ਼ਹੀਦੀਆਂ ਅੱਜ ਦੇ ਦਿਨ ਹੋਈਆਂ ਸਨ, 21 ਵਿਸਾਖ ਦਾ ਦਿਹਾੜਾ ਹੈ ਔਰ ਅੱਜ ਦੇ ਦਿਨ ਉਹਨਾਂ ਸ਼ਹੀਦਾਂ ਦੀ ਯਾਦ ਉੱਥੇ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ। ਔਰ ਵਿਸ਼ੇਸ਼ ਜੋੜ ਮੇਲਾ ਤਾਂ ਮਾਘੀ ਨੂੰ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਕੋਈ ਵੀ ਮਾਈ ਭਾਈ ਗੁਰਸਿੱਖ ਜਾ ਕੇ ਦਰਸ਼ਨ ਕਰੇ, ਇਸ਼ਨਾਨ ਕਰੇ, ਸ਼ਹੀਦਾਂ ਦੀ ਯਾਦ ਵਿੱਚ ਜੁੜੇ। ਪਰ ਹੁਕਮ ਸਾਨੂੰ ਕਲਗੀਧਰ ਜੀ ਦਾ ਮਾਘੀ ਉੱਤੇ ਜਾਣ ਦਾ ਵਿਸ਼ੇਸ਼ ਰੂਪ ਦੇ ਵਿੱਚ ਹੈ, ਜਿਵੇਂ ਪੰਜ ਪਿਆਰਿਆਂ ਦੀ ਸਿਰਜਣਾ ਕਰਕੇ ਅੰਮ੍ਰਿਤ ਦਾ ਬਾਟਾ ਵਿਸਾਖੀ ਨੂੰ ਸਤਿਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਦੀ ਦਾਤ ਬਖਸ਼ੀ, ਪਰ ਹੋਲੇ ਮਹੱਲੇ ਦਾ ਜੋੜ ਮੇਲਾ ਵਿਸ਼ੇਸ਼ ਰੂਪ ਵਿੱਚ ਅਨੰਦਪੁਰ ਸਾਹਿਬ ਦਾ ਨਿਯਤ ਕੀਤਾ, ਵਿਸਾਖੀ ਦਾ ਜੋੜ ਮੇਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਸਤਿਗੁਰੂ ਜੀ ਨੇ ਨਿਯਤ ਕੀਤਾ ਸੀ।
ਵਿਸਾਖੀ ਵੈਸੇ ਗੁਰੂ ਘਰ ਦੇ ਵਿੱਚ ਗੋਬਿੰਦਵਾਲ ਸਾਹਿਬ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ, ਅਨੰਦਪੁਰ ਸਾਹਿਬ ਤੱਕ, ਸ੍ਰੀ ਦਮਦਮਾ ਸਾਹਿਬ, ਹੋਰ ਬੇਅੰਤ ਗੁਰਧਾਮਾਂ 'ਤੇ ਸੰਗਤਾਂ ਮਨਾਉਂਦੀਆਂ ਹਨ। ਸੋ ਸਾਧ ਸੰਗਤ ਜੀ, ਆਪਾਂ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ। ਆਓ ਮਨ ਦੀ ਬਿਰਤੀ ਨੂੰ ਇਕਾਗਰ ਕਰੋ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਕਿੰਨਾ ਸੁੰਦਰ ਵਾਤਾਵਰਣ ਹੈ, ਆਲੇ ਦੁਆਲੇ ਬੋਹੜਾਂ ਦੇ ਬਿਰਛ ਲੱਗੇ ਹੋਏ ਹੈ। ਸਾਧ ਸੰਗਤ ਜੀ, ਇਹ ਕੁਦਰਤੀ ਜੋ ਕੁਦਰਤ ਨੂੰ ਸੰਭਾਲ ਕੇ ਜਿਨ੍ਹਾਂ ਨੇ ਰੱਖਿਆ ਹੋਇਆ ਹੈ, ਕੁਦਰਤ ਦਾ ਅਜੀਬ ਇਹ ਅਨੋਖਾ ਸੁਮੇਲ ਬਣਨਾ, ਅੱਜ ਤਾਂ ਪਿੱਪਲਾਂ ਦੇ, ਬੋਹੜਾਂ ਦੇ, ਨਿੰਮਾਂ ਦੇ ਬਿਰਛ ਸਾਨੂੰ ਲੱਭਿਆ ਵੀ ਨਹੀਂ ਲੱਭਦੇ ਹਨ। ਪਰ ਇਸ ਗੁਰੂ ਘਰ ਵਿੱਚ ਆ ਕੇ ਤੱਕਿਆ ਕਿ ਬੜੇ ਸੁੰਦਰ ਬੋਹੜਾਂ ਦੇ ਬਿਰਛ ਲੱਗੇ ਹੈ, ਬੜੀ ਸੁੰਦਰ ਇਹਨਾਂ ਦੀ ਠੰਡੀ ਮਿੱਠੀ ਛਾਂ ਹੈ। ਪਿੱਪਲ ਦਾ ਬਿਰਛ ਸਾਧ ਸੰਗਤ ਜੀ ਇੱਕੋ ਇੱਕ ਐਸਾ ਮਹਾਨ ਦਰਖਤ ਹੈ ਜਿਹੜਾ ਦਿਨ ਵੇਲੇ ਵੀ ਆਕਸੀਜਨ ਦਿੰਦਾ, ਰਾਤ ਨੂੰ ਵੀ ਆਕਸੀਜਨ ਦਿੰਦਾ। ਆਮ ਬਿਰਛਾਂ ਥੱਲੇ ਰਾਤਰੀ ਦੇ ਸਮੇਂ ਬੈਠਣਾ ਜਾਂ ਆਰਾਮ ਕਰਨਾ ਸਰੀਰ ਲਈ ਨਿਸ਼ੇਧ ਮੰਨਿਆ, ਸਰੀਰ ਲਈ ਰੋਗਾਂ ਦਾ ਕਾਰਨ ਮੰਨਿਆ, ਦੁੱਖਾਂ ਦਾ, ਬਿਮਾਰੀਆਂ ਦਾ ਕਾਰਨ ਮੰਨਿਆ। ਪਰ ਪਿੱਪਲ ਥੱਲੇ ਤੁਸੀਂ ਦਿਨੇ ਵੀ ਆਰਾਮ ਕਰ ਸਕਦੇ ਹੋ, ਰਾਤ ਨੂੰ ਵੀ ਕਰ ਸਕਦੇ ਹੋ, ਜਿਹੜੀ ਚੰਗੀ ਆਕਸੀਜਨ ਹੈ, ਚੰਗੀ ਹਵਾ। ਕਿਉਂਕਿ ਜਿੱਥੇ ਆਕਸੀਜਨ ਦੀ ਕਮੀ ਆ ਜਾਏ ਨਾ, ਉੱਥੇ ਬੰਦੇ ਦਾ ਸਾਹ ਵੀ ਬੰਦ ਹੋਣਾ ਸ਼ੁਰੂ ਹੋ ਜਾਂਦਾ, ਸਾਹ ਲੈਣਾ ਵੀ ਔਖਾ ਹੋ ਜਾਂਦਾ। ਚੰਗੀ ਆਕਸੀਜਨ ਸਾਨੂੰ ਬਿਰਛ ਹੀ ਦੇ ਰਹੇ ਹੈ, ਔਰ ਇਸੇ ਕਰਕੇ ਸਾਡੇ ਜਿਹੜੇ ਸਾਹ ਦੁਨੀਆਂ ਦੇ ਵਿੱਚ ਚੱਲਣ ਦੀ ਕਿਰਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਿਰੋਗਤਾ ਨਾਲ ਚੱਲ ਰਹੀ ਹੈ। ਪਰ ਅੱਜ ਅਸੀਂ ਵੇਸਲਾਪਣ ਬਹੁਤ ਵੱਡਾ ਕਰ ਲਿਆ ਕਿ ਬਿਰਛ ਲਾਉਣੋਂ ਹਟ ਗਏ, ਬਿਰਛਾਂ ਦੀ ਸੰਭਾਲ ਕਰਨ ਤੋਂ ਹਟ ਗਏ, ਜਿਸ ਕਰਕੇ ਬਹੁਤ ਭਿਆਨਕ ਪ੍ਰਦੂਸ਼ਣ ਪੈਦਾ ਹੋ ਗਿਆ, ਹਵਾ ਦੇ ਵਿੱਚ ਬਹੁਤ ਜ਼ਿਆਦਾ ਮਲੀਨਤਾ ਆ ਗਈ ਹੈ, ਅਤੇ ਉਸ ਦੇ ਕਾਰਨ ਬਿਮਾਰੀਆਂ ਬਹੁਤ ਜ਼ਿਆਦਾ ਲੋਕਾਂ ਨੂੰ ਅੱਜ ਦਿਨ ਬਰ ਦਿਨ ਲੱਗਦੀਆਂ ਜਾ ਰਹੀਆਂ ਹਨ। ਪੌਣ ਪਾਣੀ ਜਿੰਨਾ ਸ਼ੁੱਧ, ਨਿਰਮਲ, ਸਾਫ਼ ਸੁਥਰਾ ਅਤੇ ਪਵਿੱਤਰ ਹੋਏਗਾ, ਸਰੀਰ ਓਨਾ ਹੀ ਨਿਰੋਗ ਰਹੇਗਾ, ਤੰਦਰੁਸਤ ਰਹੇਗਾ। ਸੋ ਸਾਧ ਸੰਗਤ ਜੀ, ਪਿੱਪਲ ਇੱਕ ਐਸਾ ਬਿਰਛ ਹੈ ਜਿਹੜਾ ਰਾਤ ਨੂੰ ਵੀ ਆਕਸੀਜਨ ਛੱਡਦਾ, ਚੰਗੀ ਹਵਾ ਦਿੰਦਾ, ਜਿਹਦੇ ਨਾਲ ਨਿਰੋਗਤਾ ਪ੍ਰਾਪਤ ਹੁੰਦੀ ਹੈ। ਐਸੇ ਐਸੇ ਬਿਰਛ ਹਨ ਜਿਨ੍ਹਾਂ ਦੇ ਥੱਲੇ ਰਾਤ ਰਹਿਣ ਦੇ ਨਾਲ ਜਾਂ ਦਿਨੇ ਬੈਠਣ ਨਾਲ ਕਈ ਬਿਮਾਰੀਆਂ ਆਪਣੇ ਆਪ ਹੀ ਹਟ ਜਾਂਦੀਆਂ ਹਨ। ਨਿੰਮ ਦੇ ਬਿਰਛ ਦੀ ਛਾਂ ਵਿੱਚ ਬੈਠੋ, ਚਮੜੀ ਦੇ ਬਹੁਤ ਰੋਗ ਜਿਹੜੇ ਆ ਆਪਣੇ ਆਪ ਦੂਰ ਹੋ ਜਾਂਦੇ ਆ। ਇਸ ਕਰਕੇ ਇਹ ਬੜਾ ਸੁੰਦਰ ਵਾਯੂਮੰਡਲ ਹੈ, ਜੋਗੋ ਜੁਗ ਅਟਲ, ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਬੜਾ ਸੁੰਦਰ ਖੁੱਲ੍ਹੇ ਥਾਂ 'ਤੇ ਦੀਵਾਨ ਸਜਿਆ ਹੋਇਆ ਹੈ, ਨੀਲਾ ਅਸਮਾਨ ਤਾਰਿਆਂ ਨਾਲ ਟਹਿਕਦਾ ਹੋਇਆ ਸਾਡੇ ਉੱਤੇ ਕੁਦਰਤ ਦੀ ਜਿਹੜੀ ਰੌਸ਼ਨੀ ਨੂੰ ਵਿਖੇਰਦਾ ਹੋਇਆ, ਰੂਹਾਨੀਅਤ ਦੀ ਰੌਸ਼ਨੀ ਨੂੰ ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਸਾਨੂੰ ਸ਼ੀਤਲਤਾ ਪ੍ਰਦਾਨ ਕਰ ਰਹੀ ਹੈ, ਉਸ ਨਾਲ ਸਾਨੂੰ ਜੋੜਨ ਵਿੱਚ ਸਾਡੀ ਬਹੁਤ ਵੱਡੀ ਮਦਦਗਾਰ ਹੋ ਕਰ ਰਿਹਾ ਹੈ। ਸੋ ਬੜੇ ਸੁੰਦਰ ਇਹ ਬਿਰਛ ਲੱਗੇ ਆ, ਕਿੰਨਾ ਸੁਹਾਵਣਾ ਮੌਸਮ ਹੈ,
ਔਰ ਗੁਰੂ ਘਰਾਂ ਦੇ ਵਿੱਚ ਵੀ ਦੀਵਾਨ ਦੀਵਾਨ ਅਸਥਾਨਾਂ ਦੇ ਆਲੇ ਦੁਆਲੇ ਵੀ ਵੱਧ ਤੋਂ ਵੱਧ ਐਸਾ ਸੋਹਣਾ ਪ੍ਰਬੰਧ ਕੀਤਾ ਜਾਏ, ਜਿੱਥੇ ਜਿੱਥੇ ਕੋਈ ਜਗ੍ਹਾ ਹੋਵੇ ਸੋਹਣੇ ਬਿਰਛ ਲਾਏ ਜਾਣ, ਔਰ ਸੰਗਤਾਂ ਛਾਵੇਂ ਬੈਠ ਕੇ ਜੇ ਦਿਨੇ ਦੀਵਾਨ ਹੋਵੇ ਕੀਰਤਨ ਕਥਾ ਸੁਣਨ, ਸੰਘਣੀ ਛਾਂ ਹੋਵੇ ਤਾਂ ਛਾਇਆ ਮਾਨ ਦੀ ਕਨਾਤਾਂ ਦੀ ਲੋੜ ਹੀ ਨਹੀਂ ਪੈਂਦੀ। ਔਰ ਜਿੰਨੀ ਠੰਡਕ ਇਹ ਦਰਖਤ ਆਪਾਂ ਨੂੰ ਦੇ ਸਕਦੇ ਹੈ, ਇੰਨੀ ਠੰਡਕ ਪੱਖੇ ਦੀ ਹਵਾ ਨਾਲ, ਕੂਲਰਾਂ ਦੀ ਹਵਾ ਨਾਲ, ਜਾਂ ਏ ਸੀ ਦੀ ਹਵਾ ਦੇ ਨਾਲ ਵੀ ਸਾਨੂੰ ਉਹ ਠੰਡ ਨਹੀਂ ਪ੍ਰਾਪਤ ਹੋ ਸਕਦੀ। ਸੋ ਭਾਈ, ਇਹ ਬਹੁਤ ਸੁੰਦਰ ਉਪਰਾਲਾ, ਬੜਾ ਸੁੰਦਰ ਰਮਣੀਕ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਾਂ ਬੈਠੇ ਹਾਂ, ਕੁਦਰਤ ਦਾ ਸੁਮੇਲ ਹੈ, ਮਨ ਸਤਿਗੁਰੂ ਜੀ ਦੇ ਚਰਨਾਂ ਨਾਲ ਆਪਣੇ ਸਾਰਿਆਂ ਦੇ ਜੁੜੇ ਹੋਏ ਹੈ। ਗੁਰਬਾਣੀ ਵਿੱਚ, ਗੁਰੂ ਉਪਦੇਸ਼ਾਂ ਦੇ ਵਿੱਚ ਅਸੀਂ ਸਰਸਾਰ ਹੋ ਕੇ ਸਤਿਗੁਰੂ ਦੇ ਚਰਨਾਂ ਤੋਂ ਸ਼ੀਤਲਤਾ ਪ੍ਰਦਾਨ ਕਰ ਰਹੇ ਹਾਂ। ਆਓ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦੋ ਸਿੱਖ, ਝੰਡੂ ਜਾਤੀ ਦੇ ਕੁੱਲਾ ਅਤੇ ਭਾਈ ਭੁੱਲਾ, ਤੀਜਾ ਭਾਈ ਭਗੀਰਥ ਸੋਇਨੀ ਸੋਇਨੀ ਜਾਤੀ, ਇਹ ਖੱਤਰੀਆਂ ਦੀਆਂ ਜਾਤੀਆਂ ਹਨ। ਤਿੰਨ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਹਜ਼ੂਰ ਉਪਦੇਸ਼ ਲੈਣ ਵਾਸਤੇ ਆਏ ਹੈ ਕਿ ਮਹਾਰਾਜ ਸਾਨੂੰ ਗੁਰਮੁਖਤਾ ਦਾ ਦਾਨ ਦਿਓ, ਮਨਮੁਖਤਾ ਤੋਂ ਸਾਨੂੰ ਬਚਾ ਕੇ ਰੱਖੋ। ਤਾਂ ਸਤਿਗੁਰੂ ਜੀ ਦੱਸ ਰਹੇ ਹੈ ਕਿ ਗੁਰਮੁਖ ਕਿੰਨੇ ਪ੍ਰਕਾਰ ਦੇ ਹੁੰਦੇ ਹੈ, ਮਨਮੁਖ ਲੋਕ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਬਹੁਤ ਸੁੰਦਰ ਗੁਰ ਇਤਿਹਾਸ ਦੀ ਇਹ ਕਥਾ ਦਾ ਪ੍ਰਸੰਗ ਹੈ। ਮਨ ਦੀ ਬਿਰਤੀ ਨੂੰ ਪੂਰੀ ਪੂਰੀ ਇਕਾਗਰਤਾ ਦੇ ਨਾਲ, ਪੂਰੇ ਧਿਆਨ ਨਾਲ ਆਪਾਂ ਸਤਿਗੁਰੂ ਜੀ ਦੇ ਗੁਰ ਇਤਿਹਾਸ ਦੀ ਕਥਾ ਸਰਵਣ ਕਰਨੀ ਹੈ। ਜੋ ਸਤਿਗੁਰੂ ਜੀ ਦੇ ਉਪਦੇਸ਼ ਹਨ ਜਿਨ੍ਹਾਂ ਨੂੰ ਸੁਣ ਕੇ ਸਾਡੀ ਕਲਿਆਣ ਹੋਣੀ ਹੈ, ਉਹਨਾਂ ਉਪਦੇਸ਼ਾਂ ਨੂੰ ਆਪਾਂ ਸੁਣ ਕੇ ਹਿਰਦੇ ਵਿੱਚ ਧਾਰਨ ਕਰਕੇ ਸਤਿਗੁਰੂ ਅੱਗੇ ਅਰਦਾਸ ਕਰਨੀ, ਮਹਾਰਾਜ ਸਾਨੂੰ ਇਹ ਤੁਹਾਡੇ ਉਪਦੇਸ਼ ਕਮਾਉਣ ਦਾ ਬਲ ਬਖਸ਼ਿਸ਼ ਕਰੋ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਦੀ ਕਥਾ ਸੁਣੋ। ਇੱਕ ਵਾਰੀ ਸਾਰੀ ਸੰਗਤ ਗੱਡ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੁੱਲਾ ਭੁੱਲਾ ਝੰਜੂ ਦੋਏ, ਭਾਈ ਕੁੱਲਾ ਦੂਸਰਾ ਭਾਈ ਭੁੱਲਾ, ਝੰਡੂ ਜਾਤੀ ਦੇ ਖੱਤਰੀਆਂ ਦੀ ਜਾਤੀ ਹੈ। ਇਹ ਝੰਡੂ ਜਾਤੀ ਦੇ ਦੋ ਸਿੱਖ ਹਨ। ਸੋਇਨੀ ਹੁਤੋ ਭਗੀਰਥ ਜੋਏ, ਤੀਜਾ ਭਾਈ ਭਗੀਰਥ ਸੋਇਨੀ ਜਾਤੀ ਹੈ, ਖੱਤਰੀਆਂ ਦੀ ਹੈ। ਇਹ ਤੀਜਾ ਸਿੱਖ ਨਾਲ ਹੈ। ਤਿੰਨੋ ਪ੍ਰਾਪਤ ਭੇ ਗੁਰ ਸ਼ਰਨੀ, ਤਿੰਨਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋਈ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਣ ਦਾ, ਦਰਸ਼ਨ ਕਰਨ ਦਾ ਇਹ ਮਾਣ ਪ੍ਰਾਪਤ ਹੋਇਆ, ਇਹਨਾਂ ਦੇ ਕਰਮ ਜਾਗੇ ਆ। ਬੰਦਨ ਕੀਨ ਅਰਜਨ ਜ ਬਰਨੀ, ਇਹਨਾਂ ਨੇ ਮੱਥਾ ਟੇਕ ਕੇ ਨਮਸਕਾਰ ਕੀਤੀ ਔਰ ਹੱਥ ਜੋੜ ਕੇ ਸਤਿਗੁਰਾਂ ਨੂੰ ਅਰਜ ਕੀਤੀ ਹੈ, ਬੇਨਤੀ ਕੀਤੀ ਹੈ। ਗੁਰੂ ਗਰੀਬ ਨਿਵਾਜ ਸੁਨੀਜੈ, ਹੇ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ, ਗੁਰੂ ਗਰੀਬਾਂ ਨੂੰ ਹੀ ਨਿਵਾਜਦਾ। ਜਿਹੜਾ ਗੁਰੂ ਅਮੀਰਾਂ ਨੂੰ ਨਿਵਾਜਦਾ ਉਹ ਗੁਰੂ ਨਹੀਂ ਖਵਾਉਣ ਦਾ ਹੱਕ ਰੱਖਦਾ। ਗਰੀਬਾਂ ਨੂੰ ਨਿਵਾਜਣ ਵਾਲਾ ਮੇਰਾ ਸਤਿਗੁਰੂ ਹੈ। ਦਸ ਪਾਤਸ਼ਾਹੀਆਂ ਨੇ ਕਿਰਪਾ ਕੀਤੀ, ਗਰੀਬਾਂ ਨੂੰ ਹੀ ਨਿਵਾਜਿਆ। ਬਾਬੇ ਪਾਇਆ ਬਖਸ਼,
ਬਾਬੇ ਪਹਿਦਾ ਸੱਚ ਖੰਡ ਨੌਨਦ ਨਾਮ ਗਰੀਬੀ ਪਾਈ। ਭਾਈ ਗੁਰਦਾਸ ਜੀ ਨੇ ਕਿਹਾ ਹੈ ਜਦੋਂ ਧੰਨ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਦਰਗਾਹ ਸੱਚਖੰਡ ਵਿੱਚ ਗਏ, ਮਹਾਰਾਜ ਜੀ ਨੇ ਭਗਤੀ ਦਾ ਸਨਮਾਨ ਦਾ ਸਿਰੋ ਪਾਓ ਪੁਸ਼ਾਕ ਬਖਸ਼ਿਸ਼ ਕੀਤੀ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਗਰੀਬੀ ਦਾਨ ਲੈ ਕੇ ਆਏ ਇਸ ਮਾਤ ਲੋਕ ਦੇ ਉੱਤੇ। ਗਰੀਬੀ ਦਾ ਮਤਲਬ ਇਹ ਨਹੀਂ ਕਿ ਸਿੱਖ ਨੂੰ ਪ੍ਰਸ਼ਾਦਾ ਨਾ ਖਾਣ ਨੂੰ ਮਿਲੇ, ਪਹਿਨਣ ਨੂੰ ਵਸਤਰ ਨਾ ਮਿਲੇ। ਇਹ ਤਾਂ ਦਾਤ ਸਤਿਗੁਰੂ ਨੇ ਸਿੱਖਾਂ ਨੂੰ ਬਖਸ਼ੀ ਬਖਸ਼ੀ ਹੈ। ਦੁਨੀਆ ਭਰ ਵਿੱਚ ਕੋਈ ਵੀ ਐਸਾ ਸਿੱਖ ਨਹੀਂ ਜਿਹਨੂੰ ਮਹਾਰਾਜ ਸਾਹਿਬ ਨੇ ਰੋਟੀ ਰਿਜ਼ਕ ਨਹੀਂ ਬਖਸ਼ਿਆ, ਮਹਾਨ ਰਹਿਮਤਾਂ ਦੇ ਨਾਲ ਨਹੀਂ ਨਵਾਜਿਆ। ਗਰੀਬੀ ਤੋਂ ਭਾਵ ਹੁੰਦਾ ਨਿਮਰਤਾ, ਸਾਰਾ ਕੁਝ ਪ੍ਰਾਪਤ ਕਰਕੇ ਨਿਮਰਤਾ ਦੇ ਵਿੱਚ ਰਹਿਣਾ, ਨੀਵੇਂ ਬਣ ਕੇ ਰਹਿਣਾ। ਛੱਛਾ ਛੋਰੇ ਦਾਸ ਤੁਮਾਰੇ, ਦਾਸ ਦਾਸ ਕੇ ਪਾਣੀ ਹਾਰੇ, ਛੱਛਾ ਛਾਰ ਹੋਤ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਮਹਾਰਾਜ ਕਹਿੰਦੇ ਸਿੱਖ ਜਿੱਡਾ ਵੱਡਾ ਮਰਜ਼ੀ ਧਨੀ ਅਮੀਰ ਬਣ ਜਾਏ ਪਰ ਮਨ ਵਿੱਚ ਗਰੀਬੀ ਨਿਮਰਤਾ ਨਿਰਮਾਣਤਾ ਰੱਖੇ, ਨੀਵਾਂ ਹੋ ਕੇ ਚੱਲੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਸਾਰੀਆਂ ਚੰਗਿਆਈਆਂ ਦਾ ਨਿਚੋੜ ਨਿਮਰਤਾ ਦੇ ਵਿੱਚ ਚੱਲਣਾ। ਇਸ ਕਰਕੇ ਸਤਿਗੁਰੂ ਨੇ ਗਰੀਬੀ ਦਾਨ ਨਿਮਰਤਾ ਦਾਨ ਸਾਨੂੰ ਬਖਸ਼ਿਆ ਔਰ ਜਿਹੜਾ ਸਿੱਖ ਗਰੀਬੀ ਨੂੰ ਧਾਰਨ ਕਰਕੇ ਰੱਖਦਾ ਉਹਦੇ ਉੱਤੇ ਸੰਸਾਰ ਦੀ ਗਰੀਬੀ ਕਦੇ ਆਉਂਦੀ ਨਹੀਂ। ਸੰਸਾਰ ਦੇ ਦੁੱਖ ਪਰਮਾਤਮਾ ਉਹਨਾਂ ਦੇ ਆਪ ਦੂਰ ਕਰ ਦਿੰਦਾ ਹੈ। ਇਸ ਕਰਕੇ ਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ, ਹੇ ਗਰੀਬੀ ਦਾ ਦਾਨ ਬਖਸ਼ਣ ਵਾਲੇ ਸਤਿਗੁਰੂ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ, ਐਸੇ ਸਤਿਗੁਰੂ ਸਾਡੀ ਬੇਨਤੀ ਸੁਣਨਾ ਕਰੋ। ਹਮਕੋ ਦੁਖੀ ਵਿਸਾਲ ਜਨੀਜੈ, ਅਸੀਂ ਤੁਹਾਡੇ ਸਨਮੁਖ ਖੜੇ ਹਾਂ, ਸਾਡੇ ਜਿੰਨਾ ਵੱਡਾ ਕੋਈ ਦੁਖੀ ਨਹੀਂ ਹੈ ਜਾਣ ਲਓ। ਮਹਾਰਾਜ ਸਾਡੀ ਬੇਨਤੀ ਖਾਸ ਧਿਆਨ ਨਾਲ ਸੁਣੋ ਕਿ ਸਾਡੇ ਵਰਗਾ ਸੰਸਾਰ ਵਿੱਚ ਹੋਰ ਕੋਈ ਵੱਡਾ ਦੁਖੀ ਨਹੀਂ ਜਾਣਿਆ ਜਾਂਦਾ, ਅਸੀਂ ਸਭ ਤੋਂ ਵੱਡੇ ਦੁਖੀ ਹਾਂ। ਬਹੁ ਜੂਨਨ ਮੈਂ ਜਨਮ ਤੇ ਆਏ, ਬੜੀਆਂ ਜੂਨਾਂ ਭੋਗੀਆਂ, 84 ਲੱਖ ਜੂਨਾਂ ਭੋਗੀਆਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸਿੰਦਰੀਆ। ਭਾਈ ਗੁਰਦਾਸ ਜੀ ਕਹਿੰਦੇ ਆ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਮਹਾਰਾਜ ਇੱਕ ਜੂਨੀ ਨਹੀਂ ਭਰਮੀ, ਇੱਕ ਜੂਨੀ ਵਿੱਚ ਨਹੀਂ ਆਏ, ਲੱਖਾਂ ਹੀ ਜੂਨੀਆਂ ਭੋਗੀਆਂ, ਲੱਖਾਂ ਜੂਨੀਆਂ ਦਾ ਚੱਕਰ ਕੱਟਦੇ ਹੋਏ ਭਟਕਦੇ ਹੋਏ ਤਾਂ ਕਿਤੇ ਮਹਾਰਾਜ ਆ ਕੇ ਤੁਹਾਡੀ ਕਿਰਪਾ ਨਾਲ ਮਾਤ ਲੋਕ ਵਿੱਚ ਸਾਨੂੰ ਮਨੁੱਖਾ ਤਨ ਮਿਲਿਆ। ਪਿਛਲੇ ਜਨਮ ਦੀ ਇਹ ਸੋਝੀ ਹੈ, ਇਹ ਗਿਆਨ ਹੈ ਕਿ ਮਹਾਰਾਜ ਜਿਹੜੇ ਸਾਨੂੰ ਦੁੱਖ ਮਿਲੇ ਹੈ ਇਹ ਪਿਛਲੀਆਂ ਜੂਨਾਂ ਦੇ ਵਿੱਚ ਪਾਪ ਕਰਮ ਕਰਨੇ ਕਰਕੇ, ਨਿਖਿੱਧ ਕਰਮ ਕਰਨੇ ਕਰਕੇ ਬੜੇ ਦੁੱਖ ਭੋਗੇ ਹਨ। ਅਸੀਂ ਜਾਣਦੇ ਹਾਂ ਕਿ ਕਿੰਨੀਆਂ ਕੁ ਜੂਨਾਂ ਅਸੀਂ ਜੀਵਨ ਦੇ ਵਿੱਚ ਧਾਰਨ ਕੀਤੀਆਂ। ਹੋਤ ਮ੍ਰਿਤਕ ਬਹੁ ਸੰਕਟ ਪਾਏ, ਵਾਰ ਵਾਰ ਜੰਮਦੇ ਰਹੇ, ਜੰਮਣ ਦਾ ਦੁੱਖ ਭੋਗਿਆ,
ਬਾਰ ਬਾਰ ਮਰਦੇ ਰਹੇ ਬੜਾ ਸੰਕਟ ਤਨ ਉੱਤੇ ਸਹਾਰਿਆ ਹੈ। ਜਬ ਪ੍ਰਾਣੀ ਕੇ ਨਿਕਸਹਿ ਪ੍ਰਾਨ, ਮਹਾਰਾਜ ਜਦੋਂ ਪ੍ਰਾਣੀ ਦੇ ਪ੍ਰਾਣ ਨਿਕਲਦੇ ਆ ਸਰੀਰ ਵਿੱਚੋਂ, ਬੜ ਦੁੱਖ ਪਾਏ ਨਾ ਅਪਰ ਸਮਾਨ, ਇੰਨਾ ਦੁਖੀ ਵੱਡਾ ਹੁੰਦਾ, ਇੰਨਾ ਵੱਡਾ ਦੁੱਖ ਉਹਨੂੰ ਮਿਲਦਾ ਕਿ ਉਸ ਦੁੱਖ ਦੇ ਬਰਾਬਰ ਹੋਰ ਕੋਈ ਦੁੱਖ ਨਹੀਂ ਹੁੰਦਾ। ਜਿੰਦ ਨਮਾਣੀ ਕੱਢੀਆ ਹੱਡਾਂ ਕੁਕੜਕਾਏ, ਇੱਕ ਇੱਕ ਹੱਡ ਨੂੰ ਤੋੜ ਕੇ ਜਿੰਦ ਜਿਹੜੀ ਹੈ ਸਰੀਰ ਵਿੱਚੋਂ ਨਿਕਲਦੀ ਹੈ। ਸਾਧ ਸੰਗਤ ਜੀ, ਧੰਨ ਬਾਬਾ ਫਰੀਦ ਸਾਹਿਬ ਜੀ ਨੇ ਫੈਸਲਾ ਕਰ ਹੀ ਦਿੱਤਾ ਨਾ। ਇਸ ਕਰਕੇ ਮਹਾਰਾਜ ਜਦੋਂ ਬੰਦਾ ਮਰਦਾ ਨਾ, ਪ੍ਰਾਣ ਨਿਕਲਦੇ ਆ, ਬਹੁਤ ਦੁਖੀ ਹੁੰਦਾ, ਇੰਨਾ ਦੁਖੀ ਹੁੰਦਾ ਕਿ ਬੰਦਾ ਦੱਸ ਨਹੀਂ ਸਕਦਾ। ਔਰ ਇਸ ਦੁੱਖ ਨਾਲੋਂ ਹੋਰ ਕੋਈ ਵੱਡਾ ਦੁੱਖ ਨਹੀਂ ਹੈ ਸੰਸਾਰ ਦੇ ਅੰਦਰ ਜਿਹੜਾ ਜੰਮਣ ਅਤੇ ਮਰਨ ਦਾ ਹੈ। ਅਬ ਆਏ ਹਮ ਸ਼ਰਨ ਤੁਮਾਰੀ, ਹੁਣ ਮਹਾਰਾਜ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ। ਮਹਾ ਕਸ਼ਟ ਤੇ ਲਿਹੋ ਉਬਾਰੀ, ਇਹ ਸਭ ਤੋਂ ਵੱਡਾ ਕਸ਼ਟ ਹੈ ਜੰਮਣ ਮਰਨ ਦਾ, ਇਹ ਸਾਡਾ ਜੰਮਣ ਮਰਨ ਦਾ ਦੁੱਖ ਕੱਟ ਦਿਓ, ਬਾਰ ਬਾਰ ਜੰਮਣਾ ਤੇ ਮਰਨਾ ਨਾ ਪਵੇ। ਕਿਰਪਾ ਕਰੋ ਹਮ ਪਰ ਅਬ ਐਸੇ, ਐਸੀ ਕਿਰਪਾ ਦੀ ਦ੍ਰਿਸ਼ਟੀ ਸਾਡੇ ਉੱਤੇ ਕਰਨਾ ਕਰੋ। ਜਨਮ ਮਰਨ ਪੁੰਨ ਪਾਏ ਨਾ ਕੈਸੇ, ਮੁੜ ਮੁੜ ਕੇ ਨਾ ਜੰਮੀਏ ਮਰੀਏ ਕਿਸੇ ਵੀ ਤਰ੍ਹਾਂ। ਸ੍ਰੀ ਮੁਖ ਤੇ ਉਚਰਿਓ ਬਨ ਗੁਰਮੁਖ, ਮਹਾਰਾਜ ਜੀ ਨੇ ਫਿਰ ਇਹਨਾਂ ਦੀ ਅਰਜ ਸੁਣ ਕੇ ਕਿਹਾ, ਗੁਰਸਿੱਖੋ ਫਿਰ ਤੁਸੀਂ ਗੁਰਮੁਖ ਬਣੋ, ਗੁਰਮੁਖਾਂ ਵਾਲੇ ਗੁਣ ਧਾਰਨ ਕਰੋ, ਗੁਰਮੁਖਾਂ ਵਾਲੀ ਰਹਿਣੀ ਬਹਿਣੀ ਸਿੱਖੋ, ਗੁਰਮੁਖਾਂ ਵਾਲੀ ਜਿਹੜੀ ਕਮਾਈ ਕਰੋ, ਗੁਰਮੁਖ ਬਣ ਜਾਓ। ਜੇ ਤੁਸੀਂ ਗੁਰਮੁਖ ਬਣੋਗੇ, ਤਿਆਗੋ ਕਰਮ ਜੋ ਕਰਤੇ ਮਨ ਮੁਖ, ਫਿਰ ਜੰਮਣ ਮਰਨ ਦਾ ਦੁੱਖ ਕੱਟਿਆ ਜਾਏਗਾ। ਔਰ ਜਿਹੜੇ ਕਰਮ ਮਨਮੁਖ ਕਰਦੇ ਹੈ, ਉਹ ਕਰਮ ਮਨਮੁਖਾਂ ਵਾਲੇ, ਬੇਮੁਖਾਂ ਵਾਲੇ, ਸਾਖਤਾਂ ਵਾਲੇ ਛੱਡ ਦੇਣਾ ਕਰੋ। ਪੁੰਨ ਪੁੱਛੋ ਸਭ ਭੇਦ ਬਤਾਵੋ, ਫਿਰ ਇਹਨਾਂ ਨੇ ਪੁੱਛਿਆ, ਮਹਾਰਾਜ ਜੀ ਸਾਨੂੰ ਤਾਂ ਪਤਾ ਹੀ ਨਹੀਂ ਗੁਰਮੁਖ ਕਿਹੋ ਜਿਹੇ ਹੁੰਦੇ ਹੈ, ਮਨਮੁਖ ਕਿਹਨਾਂ ਨੂੰ ਕਿਹਾ ਜਾਂਦਾ, ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਗੁਰਮੁਖ ਕਿਹਨੂੰ ਕਹਿ ਦਿੰਦੇ ਆ। ਆਪਾਂ ਹਰ ਇੱਕ ਨੂੰ ਕਹਿ ਦਿੰਦੇ ਹਾਂ ਫਲਾਨਾ ਵੀ ਗੁਰਮੁਖ, ਧਿਮਕੜਾ ਵੀ ਗੁਰਮੁਖ, ਪਰ ਗੁਰਮੁਖ ਬਣਨਾ ਬੜਾ ਔਖਾ ਸੰਗਤ ਜੀ। ਇਸ ਕਰਕੇ ਹੁਣ ਪਤਾ ਲੱਗੇਗਾ ਕਿ ਗੁਰਮੁਖ ਕਿਹਨੂੰ ਕਹਿੰਦੇ ਆ, ਗੁਰਮੁਖ ਦੀ ਕੀ ਅਵਸਥਾ ਹੁੰਦੀ ਹੈ। ਮਹਾਰਾਜ ਕਹਿੰਦੇ, ਸਤਿਗੁਰੂ ਨੂੰ ਕਹਿੰਦੇ, ਮਹਾਰਾਜ ਸਾਨੂੰ ਇਸ ਗੱਲ ਦਾ ਗਿਆਨ ਦਿਓ, ਸੋਝੀ ਦਿਓ, ਸਮਤ ਦਿਓ ਕਿ ਸਾਨੂੰ ਪਤਾ ਤਾਂ ਲੱਗੇ ਵੀ ਗੁਰਮੁਖ ਕਿਹੋ ਜਿਹੇ ਹੁੰਦੇ ਹਨ। ਗੁਰਮੁਖ ਮਨਮੁਖ ਕਹਿ ਸਮਝਾਵੋ, ਗੁਰਮੁਖਾਂ ਦੇ ਸ਼ੁਭ ਗੁਣ, ਮਨਮੁਖਾਂ ਦੇ ਲੱਛਣ, ਇਹ ਸਾਨੂੰ ਕਹਿ ਕੇ ਸਮਝਾਉਣਾ ਕਰੋ, ਦੱਸਣਾ ਕਰੋ। ਸਾਨੂੰ ਗਿਆਨ ਨਹੀਂ ਹੈ ਮਹਾਰਾਜ, ਮਨਮੁਖ ਅਤੇ ਗੁਰਮੁਖ ਕਿਹਨਾਂ ਨੂੰ ਕਹੀਦਾ ਹੈ। ਜਬ ਹਮ ਲੱਛਣ ਲਹੇ ਪਛਾਨ, ਜਦੋਂ ਸਾਨੂੰ ਲੱਛਣਾਂ ਦਾ ਪਤਾ ਲੱਗ ਜਾਏਗਾ ਨਾ, ਬੰਦਾ ਨਿਰੋਗ ਹੋਵੇ, ਤੰਦਰੁਸਤ ਹੋਵੇ, ਉਹਦੇ ਸਰੀਰ ਦੇ ਲੱਛਣ ਦੱਸ ਦਿੰਦੇ ਆ ਵੀ ਐਨ ਬਿਲਕੁਲ ਨਵਾਂ ਨਿਰੋਗ ਤੰਦਰੁਸਤ ਸਰੀਰ ਹੈ ਇਹਦਾ। ਅਤੇ ਜੇ ਬੰਦਾ ਰੋਗੀ ਹੋਵੇ, ਸਰੀਰ ਦੇ ਲੱਛਣ ਦੱਸ ਦਿੰਦੇ ਆ ਵੀ ਰੋਗੀ ਹੈ। ਇਸ ਕਰਕੇ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਗਿਆਨ ਕਰਾਓ ਕਿ ਗੁਰਮੁਖਾਂ ਵਿੱਚ ਕੀ ਗੁਣ ਹੁੰਦੇ ਆ, ਕੀ ਉਹਨਾਂ ਦੀ ਨਿਸ਼ਾਨੀ ਹੈ, ਕੀ ਉਹਨਾਂ ਦੀ ਪਹਿਚਾਣ ਹੈ, ਅਤੇ ਮਨਮੁਖ ਕਿਹੋ ਜਿਹੇ ਹੁੰਦੇ ਹਨ, ਇਹ ਸਾਰਾ ਲੱਛਣ ਸਾਨੂੰ ਦੱਸਣਾ ਕਰੋ। ਤਬ ਹਮ ਧਰਾਂ ਗੁਰੂ ਬਚਮਾਨ, ਫਿਰ ਜਿਹੜੇ ਤੁਹਾਡੇ ਹੁਕਮ ਹਨ, ਤੁਹਾਡੇ ਬਚਨ ਹਨ, ਮਨ ਕਰਕੇ, ਮੰਨ ਕੇ
ਉਹਨਾਂ ਨੂੰ ਅਸੀਂ ਧਾਰਨ ਕਰਾਂਗੇ, ਤੁਹਾਡੇ ਬਚਨਾਂ ਦੀ ਕਮਾਈ ਕਰਾਂਗੇ। ਸ੍ਰੀ ਮੁਖ ਤੇ ਪਰਮਾਵਨ ਕੀਨ, ਪਾਵਨ ਪਵਿੱਤਰ ਮੁਖਾਰ ਬਿੰਤੋ ਸਤਿਗੁਰੂ ਜੀ ਨੇ ਉਸ ਵਕਤ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਤੋ ਇਹਨਾਂ ਨੂੰ ਗਿਆਨ ਕਰਵਾਇਆ, ਗੁਰਮੁਖਾਂ ਦੀ ਸੋਢੀ ਦਿੱਤੀ ਹੈ। ਗੁਰਮੁਖ ਮਨਮੁਖ ਦੁਆ ਬਿਦ ਤੀਨ, ਮਹਾਰਾਜ ਕਹਿੰਦੇ ਭਾਈ ਗੁਰਮੁਖ ਅਤੇ ਮਨਮੁਖੇ ਦੋ ਤਰ੍ਹਾਂ ਦੀ ਗੁਰਮੁਖਾਂ ਦੀ ਅਵਸਥਾ ਹੈ, ਮਨਮੁਖਾਂ ਦੇ ਲੱਛਣ ਹਨ, ਇੰਨਾ ਕੁ ਫਰਕ ਹੈ। ਪਰ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ, ਗੁਰਮੁਖ ਵੀ ਤਿੰਨ ਤਰ੍ਹਾਂ ਦੇ ਹੁੰਦੇ ਆ ਔਰ ਮਨਮੁਖ ਵੀ ਤਿੰਨ ਤਰ੍ਹਾਂ ਦੇ ਹੀ ਹੁੰਦੇ ਹਨ। ਇੱਕ ਗੁਰ ਸੁਖ ਗੁਰਮੁਖ ਤਰ ਦੂਜੋ, ਇੱਕ ਤਾਂ ਗੁਰਮੁਖ ਹੁੰਦਾ ਹੈ, ਦੂਜਾ ਗੁਰਮੁਖ ਤਰ ਹੁੰਦਾ। ਪਹਿਲਾ ਤਾਂ ਹੋ ਗਿਆ ਗੁਰਮੁਖ, ਧਿਆਨ ਨਾਲ ਸੁਣੋ, ਦੂਜਾ ਗੁਰਮੁਖ ਤਰ ਹੋ ਗਿਆ। ਗੁਰਮੁਖ ਤਮ ਨੀਕੋ ਲੱਖ ਤੀਜੋ, ਤੀਜਾ ਗੁਰਮੁਖ ਤਮ ਹੋ ਗਿਆ, ਪਹਿਲਾ ਗੁਰਮੁਖ ਦੂਜਾ ਨਾਲ ਜੁੜ ਗਿਆ ਤਰ, ਤੀਜਾ ਜੁੜ ਗਿਆ ਤਮ। ਤੀਜਾ ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਸਮਝ ਲਓ ਕਿ ਤੀਜਾ ਗੁਰਮੁਖ ਤਮ ਹੁੰਦਾ ਹੈ। ਪੀਠ ਕਰਮਨ ਕੋ ਜਨ ਦੀਨ, ਹੁਣ ਦੱਸ ਰਹੇ ਹੈ ਕਿ ਗੁਰਮੁਖ ਕਿਹਨੂੰ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਗੁਰਮੁਖ ਉਹ ਹੈ ਜਿਹਨੇ ਖੋਟੇ ਕਰਮਾਂ ਨੂੰ, ਬੁਰੀਆਂ ਆਦਤਾਂ ਨੂੰ ਔਰ ਮਾੜੇ ਕਰਮਾਂ ਨੂੰ, ਕੁਕਰਮਾਂ ਨੂੰ ਜਿਹਨੇ ਪਿੱਠ ਦੇ ਦਿੱਤੀ ਹੈ, ਗੁਰੂ ਦੇ ਭੈ ਵਿੱਚ ਡਰ ਵਿੱਚ ਹਮੇਸ਼ਾ ਰਹਿੰਦਾ ਹੈ। ਗੁਰੂ ਬਚਨ ਸਨ ਮੁਖ ਮੁਖ ਕੀਨ, ਜਿਹਨੇ ਗੁਰੂ ਦੇ ਬਚਨਾਂ ਵੱਲ ਨੂੰ ਆਪਣਾ ਮੁਖ ਕੀਤਾ ਹੋਇਆ, ਭਾਵ ਜੋ ਗੁਰੂ ਦੇ ਬਚਨ ਹੁੰਦੇ ਹੈ, ਜੋ ਗੁਰੂ ਦੇ ਬਚਨਾਂ ਦਾ ਮਾਰਗ ਸਤਿਗੁਰੂ ਨੇ ਦਿਖਾ ਦਿੱਤਾ ਨਾ, ਉਸ ਰਸਤੇ 'ਤੇ ਤੁਰਦੇ ਹੈ ਵੀ ਆਹ ਰਸਤਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦਾ, ਇਸ ਰਸਤੇ ਤੁਰੀ ਜਾਓ, ਤੁਰੀ ਜਾਓ, ਅੱਗੇ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋਣਗੇ, ਅੰਮ੍ਰਿਤ ਸਰੋਵਰ ਦੇ ਦਰਸ਼ਨ ਹੋਣਗੇ। ਇਸ ਲਈ ਜਿਹੜਾ ਗੁਰਮੁਖ ਹੈ ਨਾ, ਉਹ ਉਸ ਰਸਤੇ 'ਤੇ ਤੁਰਦਾ ਜਿਹੜਾ ਰਸਤਾ ਗੁਰੂ ਨੇ ਦਿਖਾਇਆ, ਔਰ ਗੁਰਮੁਖ ਹਮੇਸ਼ਾ ਗੁਰੂ ਦੇ ਬਚਨਾਂ ਵੱਲ ਨੂੰ ਆਪਣਾ ਸਨਮੁਖ, ਆਪਣਾ ਚਿਹਰਾ ਸਾਹਮਣੇ ਕਰਕੇ ਤੁਰਦਾ, ਭਾਵ ਬਚਨਾਂ ਦੀ ਕਮਾਈ ਕਰਦਾ ਹੈ। ਕੋ ਤਿੰਨ ਸੋ ਜੇ ਕਰਹਿ ਚੰਗਿਆਈ, ਜੇ ਕੋਈ ਉਹਨਾਂ ਨਾਲ ਥੋੜੀ ਜਿਹੀ ਵੀ ਚੰਗਿਆਈ ਅਤੇ ਭਲਿਆਈ ਭਾਵ ਪਰ ਉਪਕਾਰ ਕਰਦਾ ਹੈ ਉਹਨਾਂ ਉੱਤੇ, ਸਦ ਜਨ ਹੈ ਤਿਸ ਕੀ ਭਲਿਆਈ, ਸਦਾ ਹੀ ਉਹਦਾ ਭਲਾ ਚਿਤਵਦੇ ਆ ਮਨ ਵਿੱਚ, ਸਦਾ ਵਾਸਤੇ ਕਦੇ ਉਹਦਾ ਬੁਰਾ ਨਹੀਂ ਸੋਚਦੇ। ਕੋਈ ਸਾਧ ਸੰਗਤ ਜੀ ਦਾਨੇ ਪੁਰਸ਼ਾਂ ਦਾ ਕਥਨ ਹੈ, ਬਜ਼ੁਰਗ ਕਿਹਾ ਕਰਦੇ ਸਨ, ਕਹਿੰਦੇ ਕੋਈ ਬੰਦਾ ਤੁਹਾਡੇ ਤੇ ਰਾਈ ਦੇ ਦਾਣੇ ਜਿੰਨਾ ਪਰਉਪਕਾਰ ਕਰ ਦੇਵੇ ਨਾ, ਤੁਹਾਡੇ ਲਈ ਕੋਈ ਭਲਿਆਈ ਕਰ ਦੇ, ਚੰਗਿਆਈ ਕਰ ਦੇਵੇ, ਉਹਨੂੰ ਸੁਮੇਰ ਪਰਬਤ ਦੀ ਤਰ੍ਹਾਂ ਸਮਝਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਅਤੇ ਅੱਜ ਤਾਂ ਸਾਧ ਸੰਗਤ ਜੀ ਬੰਦਾ ਪੈਰ ਪੈਰ 'ਤੇ ਬੰਦਾ ਪਿੱਠ ਦੇ ਜਾਂਦਾ, ਤੂੰ ਕੀ ਕੀਤਾ ਅੱਗੋਂ, ਇਹ ਜਵਾਬ ਦਿੰਦੇ ਆ ਅਗਲੇ, ਤੂੰ ਸਾਡੇ ਲਈ ਕੀ ਕਰਤਾ, ਤੂੰ ਸਾਨੂੰ ਕੀ ਦੇਤਾ। ਐਸੀ ਹਾਲਤ ਮਨਮੁਖਾਂ ਵਾਲੀ ਸਾਡੀ ਬਣ ਗਈ। ਪਰ ਮਹਾਰਾਜ ਕਹਿੰਦੇ ਆ ਕੋਈ ਕਿਣਕੇ ਜਿੰਨੀ ਵੀ ਤੁਹਾਡੇ ਲਈ ਭਲਿਆਈ ਚੰਗਿਆਈ ਕਰ ਦੇਵੇ, ਭਲਾ ਕਰ ਦੇਵੇ, ਤੁਹਾਡੇ ਦੁੱਖ ਵਿੱਚ, ਤੁਹਾਡੀ ਮੁਸੀਬਤ ਵਿੱਚ, ਤੁਹਾਡੇ ਕਿਸੇ
ਕਸ਼ਟ ਵਿੱਚ ਤੁਹਾਡੇ ਕੰਮ ਆ ਜਾਏ। ਚੇਤਨਾ ਵਿਸਾਰਾ ਚਾਹੇ ਉਪਕਾਰ, ਉਹ ਗੁਰਮੁਖ ਕਦੇ ਚਿੱਤੋਂ ਨਹੀਂ ਭੁਲਾਉਂਦੇ, ਉਹ ਸਦਾ ਹੀ ਉਹਦਾ ਭਲਾ ਲੋਚਦੇ ਆ ਕਿ ਇਸ ਬੰਦੇ ਨੇ ਫਲਾਣੇ ਸਮੇਂ ਸਾਡੇ ਕੰਮ ਆਇਆ ਸੀ ਤੇ ਮਹਾਰਾਜ ਇਹਦਾ ਭਲਾ ਕਰੀ, ਇਹਦੇ ਉੱਤੇ ਕਿਰਪਾ ਕਰੀ, ਇਹਨੂੰ ਕਦੇ ਦੁੱਖ ਨਾ ਲੱਗਣ, ਇਹਦੀਆਂ ਮੁਸੀਬਤਾਂ ਇਹਦੇ ਦੁੱਖ ਇਹਦੇ ਸੰਕਟ ਤੁਸੀਂ ਕਿਰਪਾ ਕਰਕੇ ਕੱਟ ਦਿਓ। ਉਹਦਾ ਸਦਾ ਹੀ ਆਸਾਨ ਮੰਦ ਰਹਿੰਦੇ ਆ, ਸਦਾ ਹੀ ਉਹਦਾ ਭਲਾ ਲੋਚਦੇ ਆ। ਸਭ ਕੋ ਭਲੋ ਕਰਾ ਇੱਕ ਸਾਰਾ, ਔਰ ਫੇਰ ਗੁਰਮੁਖ ਜਿਹੜਾ ਹੁੰਦਾ ਨਾ ਸਾਰਿਆਂ ਦਾ ਇੱਕੋ ਜਿਹਾ ਭਲਾ ਲੋਚਦਾ ਤੇ ਸਭ ਲਈ ਇੱਕੋ ਜਿਹਾ ਭਲਾ ਕਰਦਾ, ਬੁਰਾ ਨਹੀਂ ਕਰਦਾ ਕਿਸੇ ਦਾ ਵੀ। ਇਹੋ ਗੁਰਮੁਖ ਕੇ ਲਖੀਐ ਲੱਛਣ, ਮਹਾਰਾ ਕਹਿੰਦੇ ਭਾਈ ਇਹ ਗੁਰਮੁਖ ਦੇ ਲੱਛਣ ਹਨ। ਸੁਣ ਗੁਰਮੁਖ ਤਰ ਜਥਾ ਵਿਚੱਛਣ, ਹੇ ਚਤਰ ਹੇ ਸਿਆਣੇ ਗੁਰਸਿੱਖ, ਗੁਰਸਿੱਖੋ ਸੁਣਨਾ ਕਰੋ। ਇਹ ਪਹਿਲਾਂ ਗੁਰਮੁਖਾਂ ਦੀ ਗੱਲ ਦੱਸੀ ਹੈ, ਹੁਣ ਜਿਹੜੇ ਗੁਰਮੁਖ ਤਰ ਹੁੰਦੇ ਹੈ ਉਹਨਾਂ ਦਾ ਵਿਲੱਖਣ ਜੀਵਨ ਹੈ ਕਹਿੰਦੇ, ਉਹ ਵੀ ਸੁਣਨਾ ਕਰੋ ਕਿਹੋ ਜੀ ਉਹਨਾਂ ਦੀ ਘਾਲਣਾ ਹੈ। ਤਿਆਗ ਕਰਮਨ ਕੋ ਔਰ ਧਾਰਾ, ਗੁਰਮੁਖ ਤਾਂ ਸਰੀਰ ਕਰਕੇ ਮਾੜੇ ਕਰਮਾਂ ਨੂੰ ਪਿੱਠ ਦੇ ਦਿੰਦਾ, ਸਰੀਰ ਕਰਕੇ ਮਾੜਾ ਕਰਮ ਨਹੀਂ ਕਰਦਾ, ਔਗਣ ਨਹੀਂ ਕਰਦਾ। ਪਰ ਜਿਹੜਾ ਗੁਰਮੁਖ ਤਰ ਹੁੰਦਾ ਨਾ ਉਹ ਮਨ ਵਿੱਚ ਵੀ ਕਦੇ ਔਗਣਾਂ ਦਾ ਖਿਆਲ ਨਹੀਂ ਆਉਣ ਦਿੰਦਾ, ਮਨ ਕਰਕੇ ਵੀ ਕੋਈ ਬੁਰਾ ਕਰਮ ਨਹੀਂ ਕਰਦਾ, ਮਨ ਕਰਕੇ ਵੀ ਉਹ ਬੁਰਾ ਨਹੀਂ ਸੋਚਦਾ, ਮਨ ਕਰਕੇ ਵੀ ਉਹ ਪਾਪ ਨਹੀਂ ਕਰਦਾ ਹੈ ਕਦੇ ਵੀ, ਇੰਨਾ ਉਹਦਾ ਮਨ ਸ਼ੁੱਧ ਅਤੇ ਨਿਰਮਲ ਹੁੰਦਾ ਹੈ। ਬ੍ਰਿੰਦ ਸੁਕਰਮਨ ਅੰਗੀਕਾਰ, ਔਰ ਜਿਹੜਾ ਗੁਰਮੁਖ ਤਰ ਹੁੰਦਾ ਨਾ ਉਹ ਆਪਣੇ ਜੀਵਨ ਵਿੱਚ ਜਿਵੇਂ ਸੂਮ ਬੰਦਾ ਨਾ ਇੱਕ ਇੱਕ ਰੁਪਈਆ ਇਕੱਠਾ ਕਰਦਾ, ਇੱਥੋਂ ਵੀ ਮਿਲ ਜੇ ਇੱਥੋਂ ਵੀ ਮਿਲ ਜੇ ਉਹ ਖਜ਼ਾਨਾ ਭਰ ਲੈਂਦਾ। ਗੁਰਮੁਖ ਵੀ ਕਹਿੰਦੇ ਸ਼ੁਭ ਗੁਣਾਂ ਨੂੰ ਇਕੱਠੇ ਕਰਨ ਵਿੱਚ ਆਪਣੀ ਜ਼ਿੰਦਗੀ ਵਿੱਚ ਜ਼ੋਰ ਲਾ ਦਿੰਦਾ ਵੀ ਇੱਥੇ ਵੀ ਸੇਵਾ ਕਰ ਲਵਾਂ, ਇੱਥੇ ਵੀ ਭਲਿਆਈ ਕਰਦੇ ਹਾਂ, ਇੱਥੋਂ ਵੀ ਮੈਨੂੰ ਆਹ ਗੁਣ ਮਿਲ ਜਾਏ। ਸਾਧ ਸੰਗਤ ਜੀ ਭੌਰੇ ਵਰਗਾ ਜੀਵਨ ਗੁਰਮੁਖ ਦਾ, ਵੱਖਰੇ ਵੱਖਰੇ ਫੁੱਲਾਂ ਤੋਂ ਸਾਰੀ ਸੁਗੰਧੀ ਨੂੰ ਲੈ ਕੇ ਆਪਣੇ ਵਿੱਚ ਧਾਰਨ ਕਰਦਾ, ਔਰ ਮੱਖੀਆਂ ਸ਼ਹਿਦ ਦੀਆਂ ਨਿੰਮ ਕੌੜੀ ਹੈ ਸਾਧ ਸੰਗਤ ਜੀ, ਪਰ ਉਹਦੇ ਫੁੱਲ ਵਿੱਚੋਂ ਵੀ ਰਸ ਲੈ ਕੇ ਸ਼ਹਿਦ ਬਣਾ ਦਿੰਦੀ। ਗੁਰਮੁਖ ਤਾਂ ਔਗਣਹਾਰੇ ਮਨੁੱਖਾਂ ਵਿੱਚੋਂ ਵੀ ਕੋਈ ਨਾ ਗੁਣ, ਕੋਈ ਨਾ ਕੋਈ ਗੁਣ ਲੱਭ ਕੇ ਉਹ ਗੁਣ ਵੀ ਆਪਣੇ ਵਿੱਚ ਵਸਾ ਲੈਂਦਾ। ਜਿਹੜਾ ਗੁਰਮੁਖ ਤਰ ਹੈ ਨਾ ਉਹ ਬਹੁਤ ਜ਼ਿਆਦਾ ਸ੍ਰੇਸ਼ਟ ਚੰਗੇ ਪਵਿੱਤਰ ਨਿਰਮਲ ਕਰਮ ਜਿਹੜੇ ਉਹਨਾਂ ਨੂੰ ਅੰਗੀਕਾਰ ਕਰਦਾ ਹੈ, ਬਹੁਤੇ ਚੰਗੇ ਕਰਮਾਂ ਦਾ ਖਜ਼ਾਨਾ ਆਪਣੇ ਜੀਵਨ ਵਿੱਚ ਗ੍ਰਹਿਣ ਕਰਦਾ ਹੈ। ਜੋ ਕਾਰਜ ਕਿਸ ਕੋ ਹੋਏ ਸਕ ਹੈ, ਜੋ ਵੀ ਕਾਰਜ ਕਿਸੇ ਦਾ ਉਹਦੇ ਕੋਲੋਂ ਹੋ ਸਕਦਾ ਹੋਵੇ, ਸਮਰੱਥ ਹੋਵੇ ਵੀ ਇਹ ਕਰ ਸਕਦਾ ਹੋਵੇ, ਕਿਸੇ ਦਾ ਕੋਈ ਵੀ ਕੰਮ ਕਰਨ ਦੇ ਜੇ ਗੁਰਮੁਖ ਸਮਰੱਥ ਹੈ ਵੀ ਕਿਸੇ ਦਾ ਕੰਮ ਸਵਾਰ ਸਕਦਾ ਹੈ। ਕਰਹਿ ਭਲੋ ਖੋਟੋ ਨਹਿ ਸਾ ਤੱਕ ਹੈ, ਖੋਟੇ ਮਨੁੱਖ ਦਾ ਵੀ ਗੁਰਮੁਖ ਤਰ ਭਲਾ ਕਰ ਦਿੰਦਾ, ਉਹਦਾ ਵੀ ਕੰਮ ਸਵਾਰ ਦਿੰਦਾ, ਇੱਕ ਤਾਂ ਅਰਥ ਇਹਦਾ ਇਹ ਹੈ। ਦੂਜਾ ਕਰਹਿ ਭਲੋ, ਜਿਹੜਾ ਵੀ ਕਿਸੇ ਦਾ ਕੰਮ ਸਵਾਰਨ ਜੋਗਾ ਗੁਰਮੁਖ ਹੈ ਜ਼ਰੂਰ ਸਵਾਰ ਦਿੰਦਾ, ਚੰਗੇ ਕਰਮ ਕਰਦਾ, ਹਰ ਇੱਕ ਦਾ ਭਲਾ ਮੰਗਦਾ, ਭਲਾ ਲੋਚਦਾ, ਭਲਾ ਹੀ ਕਰਦਾ ਹੈ। ਭਲਾ ਮੰਗਣਾ ਇਹ ਵੀ ਬੜੀ ਵੱਡੀ ਦਾਤ ਹੈ।
ਅੱਜਕੱਲ ਦੀ ਹਾਲਤ ਮਨਮੁਖਾਂ ਦੀ ਇਹੋ ਜਿਹੀ ਹੈ। ਗੁਆਂਢੀ ਸੁਖੀ ਵਸਦਾ, ਕਹਿੰਦਾ ਇਹ ਕਿਉਂ ਸੁਖ ਦੀ ਨੀਂਦ ਸੌਂਦਾ, ਇਹਨੂੰ ਕਿਉਂ ਨਹੀਂ ਦੁੱਖ ਮੁਸੀਬਤਾਂ ਆ ਕੇ ਘੇਰਦੀਆਂ, ਜਿਵੇਂ ਮੈਂ ਦੁਖੀ ਹਾਂ ਇਹ ਵੀ ਇਸੇ ਤਰ੍ਹਾਂ ਦਾ ਦੁਖੀ ਹੋਵੇ। ਪਰ ਗੁਰਮੁਖ ਨਹੀਂ ਇਹੋ ਜਿਹਾ, ਗੁਰਮੁਖ ਤਰ ਜਿੱਥੋਂ ਤੱਕ ਹੁੰਦਾ ਭਲਾ ਹੀ ਕਰਦਾ, ਚੰਗਾ ਹੀ ਕਰਦਾ ਹਰ ਇੱਕ ਦਾ, ਔਰ ਖੋਟ ਨਹੀਂ ਮਨ ਵਿੱਚ ਰੱਖਦਾ, ਕਿਸੇ ਦਾ ਬੁਰਾ ਕਰਨਾ ਨਹੀਂ ਮਨ ਵਿੱਚ ਕਦੇ ਲਿਆਉਂਦਾ, ਕਿਤੇ ਨਾ ਕਿਸੇ ਦਾ ਨੁਕਸਾਨ ਹੁੰਦਾ ਨਹੀਂ ਦੇਖਦਾ, ਜਿਹੜਾ ਗੁਰਮੁਖ ਤਰ ਹੈ। ਜੋ ਨਰ ਆਪਣ ਕਰੇ ਅਪਕਾਰਾ, ਜਿਹੜਾ ਭਾਈ ਗੁਰਮੁਖਾਂ ਦੇ ਨਾਲ ਬੁਰਾ ਵੀ ਕਰਦਾ ਨਾ, ਜਿਹੜੇ ਗੁਰਮੁਖ ਤਰ ਹੁੰਦੇ ਆ, ਜੇ ਕੋਈ ਉਹਨਾਂ ਦਾ ਬੁਰਾ ਕਰਨ ਵਾਲਾ ਕੋਈ ਪਾਪੀ ਵੀ ਹੈ, ਈਰਖਾਲੂ ਵੀ ਹੈ, ਉਹਨਾਂ ਦਾ ਨੁਕਸਾਨ ਕਰਦਾ ਹੈ, ਤਿਸ ਪਰ ਇਹ ਠੰਨ ਹੈ ਉਪਕਾਰ, ਉਸ ਉੱਤੇ ਵੀ ਗੁਰਮੁਖ ਪਰ ਉਪਕਾਰ ਕਰਦਾ, ਉਹਦਾ ਵੀ ਭਲਾ ਕਰਦਾ। ਧੰਨ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਸਿੰਘ ਜੀ ਜੰਗਲਾਂ ਦੇ ਵਿੱਚ ਦਿਨ ਕੱਟਿਆ ਕਰਦੇ, ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ਼ ਸਨ ਬੇਦੀ ਕੁਲ ਵਿੱਚੋਂ, ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨਾਂ ਨਾਲ ਉਹਨਾਂ ਦਾ ਜਨਮ ਹੋਇਆ। ਇੱਕ ਵਾਰੀ ਜੰਗਲ ਦੇ ਵਿੱਚ ਮੁਗਲਾਂ ਦਾ ਰਾਜ ਸੀ, ਦਿਨ ਕੱਟ ਰਹੇ ਸਨ, ਸਿੰਘ ਉਦੋਂ ਲੁਕ ਛਿਪ ਕੇ ਵੀ ਸਮਾਂ ਲੰਘਾਉਂਦੇ ਸਨ ਧਰਮ ਦੀ ਰੱਖਿਆ ਵਾਸਤੇ, ਜ਼ੁਲਮ ਦਾ ਨਾਸ ਕਰਨ ਵਾਸਤੇ। ਮੁਗਲਾਂ ਹਾਕਮਾਂ ਨੇ ਮਿਲ ਕੇ ਬਾਬਾ ਸਾਹਿਬ ਸਿੰਘ ਜੀ ਦੀ ਨਾ ਸੀ ਆਈ ਡੀ ਲੈਣ ਵਾਸਤੇ ਇੱਕ ਆਪਣਾ ਸੂਹੀਆ ਉਹਨਾਂ ਦੇ ਮਗਰ ਲਾ ਦਿੱਤਾ, ਬੜਾ ਉਹਨੂੰ ਧਨ ਦਾ ਲਾਲਚ ਦਿੱਤਾ ਵੀ ਤੂੰ ਬਾਬਾ ਸਾਹਿਬ ਸਿੰਘ ਨੂੰ ਲੱਭ ਕਿੱਥੇ ਰਹਿੰਦੇ ਹੈ, ਔਰ ਇਕੱਲੀ ਇਕੱਲੀ ਉਹਨਾਂ ਦੀ ਹਰਕਤ ਦੀ ਸਾਨੂੰ ਰਿਪੋਰਟ ਭੇਜ। ਹੁਣ ਬਾਬਾ ਜੀ ਸਾਧ ਸਿੰਘ ਜੀ ਜੰਗਲ ਵਿੱਚ ਰਹਿੰਦੇ, ਨਦੀ ਤੋਂ ਜਲ ਲੈ ਕੇ ਇਸ਼ਨਾਨ ਕਰ ਲੈਣਾ, ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਵਾਹਿਗੁਰੂ ਦੇ ਨਾਮ ਦਾ ਭਜਨ ਕਰਨਾ, ਗੁਰਬਾਣੀ ਪੜ੍ਹਨੀ, ਜੇ ਕੋਈ ਫੁੱਲ ਫਲ ਮਿਲ ਜਾਣੇ ਖਾ ਕੇ ਗੁਜ਼ਾਰਾ ਕਰ ਲੈਣਾ, ਜੇ ਕਿਸੇ ਲੰਘਦੇ ਵੜਦੇ ਕੋਈ ਸਿੰਘ ਨੇ ਅੰਨ ਪਾਣੀ ਅਨਾਜ ਦੇ ਜਾਣਾ, ਉਹ ਆਟਾ ਪੀਸ ਕੇ ਇੱਕ ਅੱਧਾ ਪ੍ਰਸ਼ਾਦਾ ਬਣਾ ਲੈਣਾ, ਅਤੇ ਮਹਾਰਾਜ ਦਾ ਸ਼ੁਕਰਾਨਾ ਕਰਕੇ ਰੁੱਖਾ ਮਿੱਸਾ ਪ੍ਰਸ਼ਾਦਾ ਛਕ ਲੈਣਾ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ। ਉਹ ਸੂਹੀਏ ਨੂੰ ਬਾਬਾ ਜੀ ਦੀ ਖਬਰ ਮਿਲ ਗਈ, ਉਹ ਚੱਲਦਾ ਚੱਲਦਾ ਬਾਬਾ ਜੀ ਦੇ ਕੋਲ ਪਹੁੰਚ ਗਿਆ, ਸਿੱਖ ਦਾ ਲਿਬਾਸ ਉਹਨੇ ਧਾਰਨ ਕਰ ਲਿਆ, ਸਿੱਖਾਂ ਵਰਗੀ ਗੋਲ ਦਸਤਾਰ ਬਣਾ ਲਈ, ਸਿੱਖਾਂ ਵਰਗਾ ਚੋਲਾ, ਸਿੱਖਾਂ ਵਰਗੇ ਕਕਾਰ ਪਾ ਲਏ, ਅਤੇ ਬਾਬਾ ਜੀ ਨੂੰ ਜਾ ਕੇ ਕਹਿਣ ਲੱਗਾ, ਮੈਂ ਵੀ ਮਹਾਰਾਜ ਤੁਹਾਡੇ ਖਾਲਸੇ ਦੇ ਜਥੇ ਵਿੱਚੋਂ ਇੱਕ ਸਿੰਘ ਜਥੇ ਵਿੱਚੋਂ ਵਿਛੜਿਆ, ਅਤੇ ਮੈਨੂੰ ਆਪਣੇ ਪਾਸ ਰੱਖੋ। ਬਾਬਾ ਜੀ ਤ੍ਰਿਕਾਲ ਦਰਸ਼ੀ ਸਨ, ਉਹ ਜਾਣਦੇ ਸਨ ਵੀ ਇਹ ਸਿੰਘ ਨਹੀਂ ਹੈ, ਇਹ ਸਮੇਂ ਦੀ ਜ਼ਾਲਮ ਹਕੂਮਤ ਦੀ ਸੀ ਆਈ ਡੀ ਲੈਣ ਵਾਸਤੇ, ਸੂਹ ਦੇਣ ਵਾਸਤੇ ਸਾਡੇ ਕੋਲ ਆਇਆ। ਪਰ ਬਾਬਾ ਜੀ ਮੁਸਕਰਾ ਕੇ ਚੁੱਪ ਕਰ ਗਏ। ਬਾਬਾ ਜੀ ਨੇ ਚੱਕੀ ਨਾਲ ਆਟਾ ਪੀਸਿਆ, ਦੋ ਪ੍ਰਸ਼ਾਦੇ ਬਣਾਏ, ਭੋਗ ਲਵਾ ਕੇ ਅਰਦਾਸ ਕਰਕੇ ਕਹਿਣ ਲੱਗੇ, ਭਾਈ ਆ ਬਈ ਗੁਰਮੁਖਾ ਤੂੰ ਪ੍ਰਸ਼ਾਦਾ ਛਕ। ਹੁਣ ਦੋ ਹੀ ਬਣੇ ਸਨ, ਇੱਕ ਪ੍ਰਸ਼ਾਦਾ ਉਹਨੂੰ ਦੇ ਦਿੱਤਾ, ਇੱਕ ਬਾਬਾ ਜੀ ਨੇ ਛਕ ਲਿਆ। ਇਉਂ ਕਈ ਦਿਨ ਸਿਲਸਿਲਾ ਚੱਲਦਾ ਰਿਹਾ, ਪਹਿਲਾਂ ਉਹਨੂੰ ਛਕਾਉਣਾ ਫੇਰ ਛਕਣਾ, ਕਈ ਵਾਰੀ ਉਹਨੇ ਦੂਜਾ ਪ੍ਰਸ਼ਾਦਾ ਵੀ ਮੰਗ ਲੈਣਾ, ਕਹਿਣਾ ਬਾਬਾ ਜੀ ਮੈਨੂੰ ਭੁੱਖ ਲੱਗੀ ਹੈ, ਤਾਂ ਬਾਬਾ ਜੀ ਨੇ ਆਪਣੇ ਵਾਲਾ ਪ੍ਰਸ਼ਾਦਾ ਵੀ ਉਹਨੂੰ ਦੇ ਦੇਣਾ, ਆਪ ਕੇਵਲ ਜਲ ਛੱਕ ਕੇ ਗੁਜ਼ਾਰਾ ਕਰ ਲੈਣਾ। ਇੰਨਾ ਸਬਰ ਸਿਦਕ ਗੁਰਮੁਖਾਂ ਦੇ ਗੁਰਸਿੱਖਾਂ ਦੇ ਹਿਰਦੇ ਵਿੱਚ ਸੀ,
ਇਹ ਸਾਨੂੰ ਰਾਜ ਭਾਗ ਐਵੇਂ ਨਹੀਂ ਮਿਲੇ ਖਾਲਸਾ ਜੀ, ਸਾਡੇ ਵੱਡੇ ਬਜ਼ੁਰਗਾਂ ਨੇ, ਮਹਾਂਪੁਰਖਾਂ ਨੇ, ਸਾਡੇ ਸੰਤਾਂ ਨੇ, ਸਾਡੇ ਸ਼ਹੀਦਾਂ ਨੇ ਸਾਡੇ ਲਈ ਬੜੀਆਂ ਘਾਲਣਾ ਘਾਲੀਆਂ, ਬੜਾ ਤਪ ਕੀਤਾ, ਬੜੀਆਂ ਕੁਰਬਾਨੀਆਂ ਕੀਤੀਆਂ। ਐਵੇਂ ਨਹੀਂ ਰਾਜ ਦੇ ਤਖ਼ਤ ਸਾਨੂੰ ਦੁਨੀਆਂ ਵਿੱਚ ਅੱਜ ਮਿਲੇ ਆ, ਇਹ ਉਹਨਾਂ ਦੀ ਕਮਾਈ, ਉਹਨਾਂ ਦਾ ਤਪ, ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਸ਼ਹੀਦਾਂ ਦੀ, ਉਹਨਾਂ ਮਹਾਂਪੁਰਖਾਂ ਦੀ ਜਿਹੜੀ ਮਹਾਨ ਘਾਲਣਾ ਨਾ, ਉਹਦੀ ਬਰਕਤ ਸਾਨੂੰ ਮਿਲ ਰਹੀ ਹੈ। ਸਮਾਂ ਚੱਲਦਾ ਰਿਹਾ। ਇੱਕ ਦਿਨ ਬਾਬਾ ਜੀ ਨਦੀ ਤੋਂ ਜਲ ਦਾ ਗੜਬਾ ਭਰਨ ਵਾਸਤੇ ਗਏ ਅਤੇ ਮਗਰ ਮਗਰ ਉਹ ਵੀ ਤੁਰਿਆ ਜਾਂਦਾ ਕਿ ਵੇਖਾਂ ਬਾਬਾ ਜੀ ਘਣੇ ਜੰਗਲ ਵਿੱਚ ਤੁਰੇ ਜਾ ਰਹੇ ਆ, ਕਿੱਧਰ ਨੂੰ ਜਾ ਰਹੇ, ਕਿਤੇ ਸਿੰਘਾਂ ਨਾਲ ਬੈਠ ਕੇ ਮੀਟਿੰਗ ਤਾਂ ਨਹੀਂ ਕਰਦੇ, ਕੋਈ ਜਥਾ ਆਇਆ ਹੋਵੇ ਖਬਰ ਦਿਆਂ, ਪੁਲਿਸ ਫੌਜ ਆ ਕੇ ਸਿੰਘਾਂ ਨੂੰ ਸ਼ਹੀਦ ਕਰੇ, ਘੇਰਾ ਪਾਵੇ। ਬਾਬਾ ਜੀ ਨਦੀ ਦੇ ਕਿਨਾਰੇ ਗਏ, ਜਲ ਦਾ ਗੜਬਾ ਭਰ ਲਿਆ, ਨਦੀ ਦੇ ਕਿਨਾਰੇ ਬੈਠ ਕੇ ਨਿਤਨੇਮ ਕਰਨ ਲੱਗੇ, ਬਾਣੀ ਪੜ੍ਹ ਰਹੇ ਸਨ। ਇੱਕ ਪਾਣੀ ਦੇ ਵਿੱਚ ਬਿੱਛੂ ਰੁੜਿਆ ਜਾਂਦਾ, ਬਿੱਛੂ ਖੁਸ਼ਕ ਪਹਾੜਾਂ ਵਿੱਚ ਰਹਿਣ ਵਾਲਾ ਜ਼ਹਿਰੀਲਾ ਜਾਨਵਰ ਹੈ, ਸਾਧ ਪਾਣੀ ਵਿੱਚ ਰਹਿਣ ਵਾਲਾ ਜੀਵ ਨਹੀਂ। ਬਾਬਾ ਜੀ ਨੇ ਵੇਖਿਆ ਜ਼ਹਿਰੀਲਾ ਬਿੱਛੂ ਹੈ, ਪਾਣੀ ਵਿੱਚੋਂ ਕੱਢ ਕੇ ਇਹਨੂੰ ਖੁਸ਼ਕ ਥਾਂ 'ਤੇ ਭੇਜ ਦਈਏ। ਜਦੋਂ ਬਾਬਾ ਜੀ ਉਹ ਬਿੱਛੂ ਨੂੰ ਪਾਣੀ ਵਿੱਚੋਂ ਕੱਢਦੇ ਆ, ਬਿੱਛੂ ਹੱਥ ਉੱਤੇ ਡੰਗ ਮਾਰਦਾ ਜ਼ੋਰ ਦੀ, ਉਹ ਡੰਗ ਵੱਜਣ ਨਾਲ ਬਾਬਾ ਜੀ ਦੇ ਹੱਥੋਂ ਬਿੱਛੂ ਛੁੱਟ ਜਾਂਦਾ। ਬਾਬਾ ਜੀ ਫਿਰ ਉਹਨੂੰ ਕੱਢਦੇ ਆ, ਫਿਰ ਡੰਗ ਮਾਰਦਾ, ਫਿਰ ਕੱਢਦੇ ਆ, ਫਿਰ ਡੰਗ ਮਾਰਦਾ। ਉਹ ਸੂਈਆ ਕਹਿਣ ਲੱਗਾ, ਬਾਬਾ ਜੀ ਇਹ ਵਾਰ ਵਾਰ ਤੁਹਾਨੂੰ ਜ਼ਹਿਰੀਲੇ ਡੰਗ ਮਾਰੀ ਜਾਂਦਾ, ਇਹ ਤੋਂ ਤੁਸੀਂ ਲੈਣਾ ਕੀ, ਇਹਨੂੰ ਜਾਣ ਦਿਓ, ਰੁੜਨ ਦਿਓ, ਮਰਨ ਦਿਓ, ਛੱਡੋ ਇਹਦਾ ਖਹਿਣਾ, ਕਿਉਂ ਐਵੇਂ ਡੰਗ ਖਾਈ ਜਾਂਦੇ ਜ਼ਹਿਰੀਲੇ ਤੁਸੀਂ। ਬਾਬਾ ਜੀ ਉਹਦੇ ਵੱਲ ਨੇਤਰ ਕਰਕੇ ਕਹਿਣ ਲੱਗੇ, ਪਿਆਰਿਆ ਇਹਦਾ ਸੁਭਾਅ ਡੰਗ ਮਾਰਨਾ, ਮੇਰਾ ਸੁਭਾਅ ਇਹਨੂੰ ਬਚਾਉਣਾ। ਇਹ ਆਪਣੀ ਆਦਤ ਤੋਂ ਮਜਬੂਰ ਹੈ, ਮੈਂ ਆਪਣੀ ਆਦਤ ਤੋਂ ਮਜਬੂਰ ਹੈ, ਇਹਨੇ ਡੰਗ ਮਾਰਨੋਂ ਨਹੀਂ ਹਟਣਾ, ਮੈਂ ਇਹਨੂੰ ਬਚਾਉਣੋਂ ਨਹੀਂ ਹਟਣਾ, ਮੈਂ ਇਹਨੂੰ ਜ਼ਰੂਰ ਪਾਣੀ ਵਿੱਚੋਂ ਕੱਢ ਕੇ ਜਿੱਥੇ ਰਹਿਣ ਵਾਲਾ ਜੀਵ ਆ ਉੱਥੇ ਭੇਜਣਾ ਕਹਿੰਦੇ। ਸੋ ਬਾਬਾ ਜੀ ਬਿੱਛੂ ਕੱਢ ਕੇ ਹਟੇ, ਜ਼ਹਿਰ ਵੀ ਚੜ੍ਹ ਗਈ ਸਰੀਰ 'ਤੇ, ਬਾਂਹ ਤੱਕ, ਸਰੀਰ ਤੱਕ ਸਾਰਾ ਨੀਲਾ ਹੋ ਗਿਆ। ਪੁਰਾਣੇ ਸਿੰਘ ਸਾਧ ਸਿੰਘ ਜੀ ਦਵਾਈਆਂ ਬੂਟੀਆਂ ਵੀ ਥੋੜ੍ਹੀਆਂ ਬਹੁਤੀਆਂ ਨਾਲ ਰੱਖਦੇ ਸਨ, ਰਗੜ ਕੇ ਬਾਬਾ ਜੀ ਨੇ ਦਵਾਈ ਦੀ ਫੱਕੀ ਲੈ ਲਈ, ਨੌਂਬਰ ਨੌਂ ਹੋ ਗਏ। ਪਰ ਬਾਬਾ ਜੀ ਦੀ ਇਸ ਕਰਨੀ ਨੂੰ ਦੇਖ ਕੇ ਨਾ ਉਸ ਬੰਦੇ ਨੇ ਚਰਨ ਫੜ ਲਏ, ਕਹਿੰਦਾ ਬਾਬਾ ਤੂੰ ਧੰਨ ਹੈ, ਤੂੰ ਮਹਾਂਪੁਰਖ ਹੈ, ਤੂੰ ਰੱਬ ਦਾ ਪਿਆਰਾ, ਮੈਂ ਤੈਨੂੰ ਸੱਚ ਸੱਚ ਦੱਸਦਾ, ਮੈਂ ਗੌਰਮੈਂਟ ਦਾ ਸੂਹੀਆ ਖਬਰ ਦੇਣ ਵਾਲਾ ਤੇਰਾ ਦੁਸ਼ਮਣ ਹੈ, ਪਰ ਤੈਨੂੰ ਪਤਾ ਵੀ ਲੱਗ ਗਿਆ ਕਿ ਮੈਂ ਤੇਰਾ ਦੁਖੀ ਹੈ, ਫਿਰ ਵੀ ਅਕਿਰਤ ਘਣ ਨੂੰ ਤੂੰ ਪਾਲਿਆ, ਆਪਣਾ ਪ੍ਰਸ਼ਾਦਾ ਵੀ ਮੈਨੂੰ ਦਿੰਦਾ ਰਿਹਾ, ਪਰ ਅੱਜ ਮੈਂ ਤੇਰੀ ਕਰਨੀ ਵੇਖ ਕੇ ਤੇਰਾ ਮਰੀਦ ਬਣ ਗਿਆ ਕਿ ਤੂੰ ਬਿੱਛੂ ਵਰਗੇ ਜ਼ਹਿਰੀਲੇ ਜਾਨਵਰ ਦੀ ਵੀ ਰੱਖਿਆ ਕੀਤੀ, ਧੰਨ ਤੇਰਾ ਪਰਉਪਕਾਰੀ ਜੀਵਨ ਹੈ। ਸੋ ਮੈਂ ਅੱਜ ਤੋਂ ਮੁਗਲਾਂ ਦੀ ਚਾਕਰੀ ਛੱਡੀ, ਮੈਨੂੰ ਸਿੰਘਾਂ ਦੇ ਜਥੇ ਵਿੱਚ ਭੇਜ ਕੇ ਅੰਮ੍ਰਿਤ ਛਕਾਓ, ਮੈਂ ਵੀ ਇਹੋ ਜਿਹੇ ਖਾਲਸੇ ਨਾਲ ਰਲ ਕੇ ਕੌਮ ਦੀ ਸੇਵਾ ਕਰਾਂ। ਇਹ ਗੁਰਮੁਖਾਂ ਦੀਆਂ ਕਰਨੀਆਂ ਹੁੰਦੀਆਂ ਸੰਗਤ ਜੀ, ਇਹ ਗੁਰਮੁਖਾਂ ਦਾ ਸੁਭਾਅ ਹੁੰਦਾ। ਇਉਂ ਜਿਹੜਾ ਗੁਰਮੁਖ ਹੈ ਉਹ ਇੰਨਾ ਪਰਉਪਕਾਰੀ ਹੈ,
ਜੇ ਕੋਈ ਉਹਨਾਂ ਦਾ ਬੁਰਾ ਵੀ ਕਰਦਾ ਨੁਕਸਾਨ ਵੀ ਕਰਦਾ ਤਾਂ ਉਹਦਾ ਸਦਾ ਹੀ ਉਹਦਾ ਭਲਾ ਹੀ ਲੋਚਦੇ ਉਸ ਉੱਤੇ ਬਲਕਿ ਪਰਉਪਕਾਰ ਹੀ ਕਰਦੇ ਬੁਰਾ ਨਹੀਂ ਕਰਦੇ ਹਨ। ਹਿਰਦੈ ਬਿਸਾਰਾ ਸਕਲ ਖੁਟਾਈ ਉਹ ਮਨ ਵਿੱਚੋਂ ਵੀ ਅਗਲੇ ਦੀ ਖੁਟਿਆਈ ਬੈਰ ਨੂੰ ਵਿਰੋਧ ਨੂੰ ਭੁਲਾ ਦਿੰਦੇ ਆ ਮਨ ਵਿੱਚ ਵੀ ਉਹ ਰੱਖਦੇ ਨਹੀਂ ਇਹੋ ਜਿਹੀ ਵਿਚਾਰ। ਪਰ ਦੁਨੀਆਂ ਦਾ ਦਸਤੂਰ ਇਹ ਹੈ ਜੇ ਕੋਈ ਚੰਗਾ ਕਰਦਾ ਤੁਹਾਡੇ ਨਾਲ ਚੰਗਾ ਕਰੋ ਜੇ ਕੋਈ ਬੁਰਾ ਕਰਦਾ ਤਾਂ ਬੁਰੇ ਦੇ ਰੂਪ ਵਿੱਚ ਜਵਾਬ ਦਿਓ ਪਰ ਗੁਰਮੁਖਾਂ ਦਾ ਇਹ ਦਸਤੂਰ ਨਹੀਂ। ਇਸ ਕਰਕੇ ਉਹ ਮਨ ਵਿੱਚੋਂ ਵੀ ਖੋਟ ਨੂੰ ਛੱਡ ਦਿੰਦੇ ਹੈ ਮਨੋ ਵੀ ਕਿਸੇ ਮਨਮੁਖ ਦੇ ਨਾਲ ਉਹ ਈਰਖਾ ਦਵੇਸ਼ ਨਹੀਂ ਕਰਦੇ ਬੁਰਾ ਨਹੀਂ ਲੋਚਦੇ। ਸਹਿਜ ਸੁਭਾਇਕ ਹੋਵੇ ਭਲਾਈ ਉਹਨਾਂ ਕੋਲੋਂ ਸੁਤੇ ਸਿੱਧ ਲੋਕਾਂ ਦਾ ਭਲਾ ਹੀ ਹੁੰਦਾ ਉਹ ਹਰ ਇੱਕ ਦਾ ਭਲਾ ਹੀ। ਕੋਈ ਬੰਦੇ ਨੇਕ ਹੁੰਦੇ ਆ ਨਗਰਾਂ ਵਿੱਚ ਜਿਹੜੇ ਸਾਰੀ ਜ਼ਿੰਦਗੀ ਭਲਾ ਹੀ ਬੋਲਦੇ ਆ ਭਲਾ ਹੀ ਕਰਦੇ ਆ। ਕਈ ਐਸੇ ਨਖਿੱਤ ਲੋਕ ਹੁੰਦੇ ਆ ਉਹਨਾਂ ਨੂੰ ਭਲਿਆਈ ਨਹੀਂ ਚੰਗੀ ਉਹ ਸਾਰੀ ਉਮਰ ਲੋਕਾਂ ਦਾ ਬੁਰਾ ਹੀ ਕਰਦੇ ਆ ਅਤੇ ਬੁਰਾ ਹੀ ਕਰਦੇ ਕਰਦੇ ਮਰ ਜਾਂਦੇ। ਇਸ ਕਰਕੇ ਉਹ ਸੁੱਤੇ ਸਿੱਧੀ ਸਭ ਦਾ ਭਲਾ ਕਰਦੇ ਹੈ ਕੋਈ ਵਿਸ਼ੇਸ਼ ਰੂਪ ਦੇ ਵਿੱਚ ਕਿਸੇ 'ਤੇ ਆਸਾਨ ਕਰਨ ਵਾਸਤੇ ਕਿਸੇ ਤੋਂ ਇਨਾਮ ਲੈਣ ਵਾਸਤੇ ਕਿਸੇ ਤੋਂ ਵਡਿਆਈ ਕਰਾਉਣ ਵਾਸਤੇ ਕਿ ਦੁਨੀਆ ਸਾਨੂੰ ਵੱਡੇ ਵੱਡੇ ਇਨਾਮ ਦੇਵੇ ਤੋਹਫੇ ਦੇਵੇ ਇਸ ਕੰਮ ਲਈ ਨਹੀਂ ਭਲਾ ਕਰਦੇ ਉਹ ਸੁੱਤੇ ਸਿੱਧੀ ਭਲਾ ਕਰਦੇ ਪਰ ਉਪਕਾਰ ਕਰਦੇ ਆਬ ਗੁਰਮੁਖ ਤਮ ਕੇ ਸੁਣ ਲੱਛਣ ਇਹ ਤਾਂ ਗੁਰਮੁਖ ਤਰਤਾ ਮਹਾਰਾ ਕਹਿੰਦੇ ਇਹੋ ਜਿਹੇ ਹੁੰਦੇ ਆ। ਹੁਣ ਜਿਹੜੇ ਗੁਰਮੁਖ ਤਮ ਹੁੰਦੇ ਆ ਉਹਨਾਂ ਦੇ ਲੱਛਣ ਉਹਨਾਂ ਦੇ ਗੁਣ ਸੁਣਨਾ ਕਰੋ। ਗਿਆਨ ਸੁਪੰਨ ਵਿਸਾਲ ਵਿਚੱਛਣ ਜਿਹੜੇ ਗੁਰਮੁਖ ਤਮ ਹੁੰਦੇ ਆ ਨਾ ਉਹ ਵਿਸ਼ੇਸ਼ ਕਰਕੇ ਬ੍ਰਹਮ ਗਿਆਨ ਦੇ ਸੰਪੰਨ ਹੁੰਦੇ ਆ। ਬ੍ਰਹਮ ਗਿਆਨ ਦੀ ਅਵਸਥਾ ਉਹਨਾਂ ਨੂੰ ਪੂਰਨ ਰੂਪ ਵਿੱਚ ਸ੍ਰੇਸ਼ਟ ਇਹ ਅਵਸਥਾ ਵਿਲੱਖਣ ਅਵਸਥਾ ਜਿਹੜੀ ਹਰ ਇੱਕ ਨੂੰ ਨਹੀਂ ਨਾ ਮਿਲਦੀ ਕਰੋੜਾਂ ਵਿੱਚੋਂ ਇੱਕ ਹੁੰਦਾ ਉਹ ਬ੍ਰਹਮ ਗਿਆਨ ਅਵਸਥਾ ਦੇ ਮਾਲਕ ਹੁੰਦੇ ਹਨ। ਆਤਮ ਰੂਪ ਜਥਾਵਤ ਜਾਨਾ ਆਤਮ ਸਰੂਪ ਜਿਹੜਾ ਵਾਹਿਗੁਰੂ ਪਰਮਾਤਮਾ ਨਾ ਆਤਮ ਸਰੂਪ ਕਹਿੰਦੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਜਿਹਨੂੰ ਸਤ ਚਿੱਤ ਆਨੰਦ ਅਖੰਡ ਆਤਮਾ ਕਿਹਾ ਜਾਂਦਾ ਹੈ। ਵਿਦਵਾਨਾਂ ਨੇ ਵੱਖਰੇ ਵੱਖਰੇ ਨਾਮ ਵਾਹਿਗੁਰੂ ਦੇ ਆਪਣੀ ਭਾਵਨਾ ਅਨੁਸਾਰ ਰੱਖੇ ਹੈ। ਸੌਖਾ ਸਮਝਣ ਲਈ ਵੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਉਹਨੂੰ ਆਤਮ ਰੂਪ ਕਿਹਾ। ਉਹ ਸਾਰਿਆਂ ਜੀਵਾਂ ਵਿੱਚ ਪਰਮੇਸ਼ਰ ਦੀ ਜੋਤ ਦੇਖਦੇ ਹੈ ਸਾਰਿਆਂ ਵਿੱਚ ਜਰੇ ਜਰੇ ਵਿੱਚ। ਉਹਨਾਂ ਦਾ ਬ੍ਰਹਮ ਗਿਆਨ ਕਿਹੋ ਜਿਹਾ ਹੈ ਕਿ ਸਾਰਿਆਂ ਵਿੱਚੋਂ ਉਹਨਾਂ ਨੂੰ ਪਰਮੇਸ਼ਰ ਹੀ ਦਿਖਾਈ ਦਿੰਦਾ ਹੈ ਕਿ ਜ਼ਾਹਰਾ ਜ਼ਹੂਰ ਹੈ ਕਿ ਹਾਜ਼ਰਾ ਹਜ਼ੂਰ ਹੈ। ਇਹ ਮਹਾਰਾਜ ਜਿਹੜਾ ਪ੍ਰਤੱਖ ਤੇਰਾ ਜਲਵਾ ਦਿਸ ਰਿਹਾ ਇਹਦੇ ਵਿੱਚ ਵੀ ਤੂੰ ਹੈ ਅਤੇ ਜਿਹੜਾ ਨੇੜੇ ਹੋ ਕੇ ਦਰਸ਼ਨ ਦੇ ਰਿਹਾ ਇਹ ਵੀ ਤੂੰ ਹੀ ਵਰਤਣੀ। ਇਸ ਕਰਕੇ ਉਹ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਪਰਮੇਸ਼ੁਰ ਨੂੰ ਸਾਰਿਆਂ ਵਿੱਚ ਵੇਖਦੇ ਹੈ ਇੰਨੀ ਉੱਚੀ ਉਹਨਾਂ ਦੀ ਪਵਿੱਤਰ ਦ੍ਰਿਸ਼ਟੀ ਹੈ। ਜਿਸ ਪ੍ਰਕਾਰ ਸਤਿਗੁਰੂ ਬਖਾਨਾ ਜਿਵੇਂ ਗੁਰੂ ਨੇ ਕਿਹਾ ਹੈ ਕਿ ਸਾਰਿਆਂ ਵਿੱਚ ਪਰਮੇਸ਼ੁਰ ਦਾ ਰੂਪ ਤੱਕਣਾ ਐਸੀ ਅਵਸਥਾ ਬ੍ਰਹਮ ਗਿਆਨ ਦੀ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ। ਹੁਣ ਇਹੋ ਜਿਹਾ ਤਾਂ ਕੋਈ ਵਿਰਲਾ ਹੀ ਹੋਏਗਾ ਨਾ ਸੰਗਤ ਦੀ ਪਰਮੇਸ਼ੁਰ ਰੂਪ ਕਰਕੇ ਤੱਕਣਾ ਕਹਿਣਾ ਬੜਾ ਸੌਖਾ ਮਿੰਟ ਸਕਿੰਟ ਤੱਕ ਕੇ ਵੇਖੋ ਫਿਰ ਮਨ ਚਲਾਏਮਾਨ ਹੋ ਜਾਂਦਾ। ਪਰ ਉਹਨਾਂ ਦੀ ਤਾਂ ਅੱਠੇ ਪਹਿਰੀ ਅਵਸਥਾ ਐਸੀ ਹੁੰਦੀ ਹੈ
ਸਾਰਿਆਂ ਵਿੱਚ ਸਾਹਮਣੇ ਜੋਤ ਜੋਤ ਹੈ ਸੋਏ, ਸਾਰਿਆਂ ਵਿੱਚ ਪਰਮਾਤਮਾ ਵਾਹਿਗੁਰੂ ਦੀ ਜੋਤੀ ਨੂੰ ਵੇਖਦੇ ਆ। ਜਗ ਬਚਿੱਤਰਤਾ ਨਿਸ਼ਚੈ ਨਾਹੀ। ਇਹ ਜਿਹੜਾ ਸੰਸਾਰ ਦਾ ਨਾਨਾ ਪੁਣਾ ਨਾ, ਨਾਨਾ ਪੁਣਾ ਕੀ ਹੈ? ਸੰਸਾਰ ਆਉਂਦਾ ਜਾਂਦਾ ਤੁਰਿਆ ਜਾਂਦਾ, ਜਾਂ ਹੋਰ ਸੌਖਾ, ਸਵੇਰ ਦੇ ਸੂਰਜ ਦਾ ਪ੍ਰਕਾਸ਼ ਹੋਰ ਹੈ, ਦੁਪਹਿਰ ਦੇ ਦਾ ਹੋਰ ਹੈ, ਸ਼ਾਮ ਦੇ ਦਾ ਹੋਰ ਹੈ, ਵੱਖਰਾ ਵੱਖਰਾ ਹੋ ਗਿਆ ਨਾ। ਸੂਰਜ ਤਾਂ ਇੱਕੋ ਹੀ ਹੈ, ਬਿਰਛ ਦਾ ਦੇਖ ਲਓ, ਸਵੇਰੇ ਬਿਰਛ ਦੀ ਛਾਂ ਹੋਰ ਪਾਸੇ, ਦੁਪਹਿਰੇ ਹੋਰ ਪਾਸੇ, ਸ਼ਾਮ ਨੂੰ ਹੋਰ ਪਾਸੇ ਨੂੰ ਢਲ ਜਾਂਦੀ ਹੈ। ਔਰ ਸੰਸਾਰ ਦੀ ਵਿਚਿੱਤਰਤਾ ਦੇਖ ਲਓ, ਕੋਈ ਲੰਮਾ, ਕੋਈ ਮਧਰਾ, ਕੋਈ ਵਿਚਕਾਰਲਾ, ਕਿਸੇ ਦਾ ਰੰਗ ਗੋਰਾ, ਕਿਸੇ ਦਾ ਕਾਲਾ ਹੈ, ਕਿਸੇ ਦਾ ਸਾਂਵਲਾ ਹੈ, ਇਹ ਸਾਰੀ ਵਿਚਿੱਤਰਤਾ ਹੀ ਹੈ, ਪਰਮੇਸ਼ਰ ਦੀ ਵਿਲੱਖਣਤਾ ਹੈ। ਇਹ ਜਿਹੜਾ ਸਾਰਾ ਸੰਸਾਰ ਨਾਨਾ ਤਰ੍ਹਾਂ ਦਾ ਦਿਖਾਈ ਦਿੰਦਾ, ਉਹਨਾਂ ਨੂੰ ਨਹੀਂ ਇਹਦੇ ਵਿੱਚੋਂ ਕੋਈ ਨਾਨਾਪੁਣਾ ਦਿਖਾਈ ਦਿੰਦਾ। ਕਿਸੇ ਨੂੰ ਪੁੱਤਰ ਦੇਖਦਾ, ਕਿਸੇ ਨੂੰ ਭਰਾ, ਕਿਸੇ ਨੂੰ ਭੈਣ, ਕਿਸੇ ਨੂੰ ਮਾਂ ਬਾਪ, ਕਿਸੇ ਨੂੰ ਸੰਬੰਧੀ, ਇਹ ਸੰਸਾਰ ਦੇ ਸੰਬੰਧ ਬਣੇ ਹੈ, ਪਰ ਉਹਨਾਂ ਦੀ ਦ੍ਰਿਸ਼ਟੀ ਵਿੱਚ ਇਹ ਕੁਝ ਨਹੀਂ ਹੈ। ਉਹਨਾਂ ਦਾ ਨਾਨਾਪੁਣਾ ਖਤਮ ਹੋ ਗਿਆ, ਉਹ ਸਾਰਿਆਂ ਵਿੱਚ ਪਰਮਾਤਮਾ ਨੂੰ ਦੇਖਦੇ ਆ, ਸਾਰਿਆਂ ਨੂੰ ਪਰਮੇਸ਼ਰ ਦਾ ਰੂਪ ਹੀ ਜਾਣਦੇ ਆ। ਇਹ ਮਾਇਆ ਦੀ ਦ੍ਰਿਸ਼ਟੀ ਉਹਨਾਂ ਦੀ ਖਤਮ ਹੋ ਗਈ, ਇਹ ਅਵਰਨ ਦਾ ਪਰਦਾ ਉਹਨਾਂ ਦਾ ਚੁੱਕਿਆ ਗਿਆ। ਇਹ ਅਵਰਨ ਇਸ ਨੂੰ ਕਿਹਾ ਜਾਂਦਾ ਹੈ, ਅਗਿਆਨ ਦੀ ਇਸ ਨੂੰ ਸ਼ਕਤੀ ਮੰਨਿਆ ਜਾਂਦਾ ਹੈ, ਇਸ ਕਰਕੇ ਉਹਨਾਂ ਦੀ ਇਹ ਦੂਰ ਹੋ ਗਈ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਕਲਗੀਆਂ ਵਾਲੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਗੁਰੂ ਕੇ ਬਾਗ ਵਿੱਚ ਖਲੋਤੇ, ਸਤਿਗੁਰੂ ਮਹਾਰਾਜ ਜੀ ਬਾਗ ਦੇ ਨਾਨਾ ਤਰ੍ਹਾਂ ਦੇ ਫੁੱਲਾਂ ਨੂੰ ਵੇਖ ਰਹੇ ਹੈ। ਇੱਕ ਸਿੰਘ ਆਇਆ ਕਲਗੀ ਵਾਲੇ ਸਤਿਗੁਰਾਂ ਨੂੰ ਮੱਥਾ ਟੇਕ ਕੇ, ਮਹਾਰਾਜ ਕਹਿੰਦਾ ਸੱਚੇ ਪਾਤਸ਼ਾਹ ਇਹ ਫੁੱਲ ਬੜੀਆਂ ਵੱਖੋ ਵੱਖਰੀਆਂ ਕਿਸਮਾਂ ਦੇ ਹੈ, ਕੋਈ ਸਫੇਦ ਰੰਗ ਦੇ ਹੈ, ਕੋਈ ਪੀਲੇ ਰੰਗ ਦੇ ਹੈ, ਸੱਚੇ ਪਾਤਸ਼ਾਹ ਕੋਈ ਲਾਲ ਰੰਗ ਦੇ ਹੈ। ਉਸ ਵਕਤ ਸਤਿਗੁਰੂ ਮਹਾਰਾਜ ਕਹਿੰਦੇ ਸਿੱਖਾ ਫੁੱਲ ਭਾਵੇਂ ਵੱਖੋ ਵੱਖਰੇ ਰੰਗ ਦੇ ਹੈ, ਪਰ ਮਹਿਕ ਸਾਰਿਆਂ ਦੀ ਇੱਕੋ ਜੀ ਹੈ, ਮਹਿਕ ਸੁਗੰਧੀ ਸਾਰਿਆਂ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕੋ ਜੀ ਹੈ। ਭਾਵੇਂ ਕਿ ਗੁਲਾਬ ਦੀ ਸੁਗੰਧੀ ਹੋਰ ਹੈ, ਕਲੀਆਂ ਦੀ ਹੋਰ ਹੈ, ਗੇਂਦੇ ਦੀ ਹੋਰ ਹੈ, ਪਰ ਇਹਦਾ ਰੂਪ ਇੱਕੋ ਹੀ ਹੈ। ਸੁਗੰਧੀ ਦੇ ਨਾਮ ਅਲੱਗ ਅਲੱਗ ਨਹੀਂ, ਫੁੱਲਾਂ ਦੇ ਨਾਮ ਅਲੱਗ ਅਲੱਗ ਹੈ। ਇਸ ਕਰਕੇ ਇਹ ਫੁੱਲਾਂ ਦੀ ਅਸਲ ਜੋ ਫੁੱਲਾਂ ਦੇ ਪਿੱਛੇ ਤਾਤ ਪਰ ਜੈ ਨਾ, ਅਸੀਂ ਤਾਂ ਉਸ ਕਰਤੇ ਦੀ ਕੁਦਰਤ ਨੂੰ ਵੇਖ ਰਹੇ ਹਾਂ ਕਿ ਕਿਤੇ ਫੁੱਲ ਰੂਪ ਹੋ ਕਰਕੇ, ਕਿਤੇ ਸੁਗੰਧੀ ਰੂਪ ਹੋ ਕਰਕੇ, ਕਿਤੇ ਬਨਸਪਤੀ ਰੂਪ ਹੋ ਕਰਕੇ, ਸਾਰੀਆਂ ਥਾਵਾਂ 'ਤੇ ਮੇਰਾ ਪਿਆਰਾ ਬਿਰਾਜ ਰਿਹਾ ਹੈ। ਸਿੱਖ ਕਹਿਣ ਲੱਗਾ ਮਹਾਰਾਜ ਮੈਨੂੰ ਵੀ ਐਸੀ ਦ੍ਰਿਸ਼ਟੀ ਬਖਸ਼ ਦਿਓ ਜਿਹੜੀ ਤੁਸੀਂ ਆਪ ਆਪਣੇ ਸਿੱਖਾਂ ਨੂੰ ਅੱਗੇ ਹੋਰਾਂ ਨੂੰ ਬਖਸ਼ੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਿੱਖਾ ਇਹ ਦ੍ਰਿਸ਼ਟੀ ਐਵੇਂ ਨਹੀਂ ਮਿਲਦੀ, ਇਹ ਦ੍ਰਿਸ਼ਟੀ ਸੇਵਾ ਸਿਮਰਨ ਨਾਲ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਕਹਿਣ ਲੱਗਾ ਮਹਾਰਾਜ ਕਿਰਪਾ ਕਰੋ
ਸਤਿਗੁਰੂ ਕਹਿਣ ਲੱਗੇ ਪਹਿਲਾਂ ਆਪਣੇ ਮਨ ਦੇ ਬਰਤਨ ਨੂੰ ਸ਼ੁੱਧ ਕਰ। ਮੈਲੇ ਬਰਤਨ ਵਿੱਚ ਕੋਈ ਦੁੱਧ ਘਿਓ ਨਹੀਂ ਪਾਉਂਦਾ, ਜੂਠੇ ਬਰਤਨ ਵਿੱਚ ਕੋਈ ਚੰਗੀ ਵਸਤੂ ਨਹੀਂ ਪਾਉਂਦਾ। ਬੰਦਾ ਪਹਿਲਾਂ ਬਰਤਨ ਸਾਫ ਕਰਦਾ, ਫਿਰ ਉਹਦੇ ਵਿੱਚ ਚੰਗੀ ਵਸਤੂ ਪਾਈ ਜਾਂਦੀ ਹੈ। ਆਪਣੇ ਅੰਤਕਰਨ ਰੂਪ ਬਰਤਨ ਨੂੰ ਸਾਫ ਕਰ। ਕਹਿਣ ਲੱਗਾ ਜੀ ਕਿਵੇਂ? ਮਹਾਰਾਜ ਕਹਿੰਦੇ ਜਾ ਕੇ ਲੰਗਰ ਵਿੱਚ ਡੂਠੇ ਬਰਤਨ ਮਾਂਝ। ਤੇਰਾ ਮਨ ਜਦੋਂ ਐਨ ਮਾਂਝਿਆ ਗਿਆ, ਹਿਰਦਾ ਸ਼ੁੱਧ ਹੋ ਗਿਆ, ਆਪੇ ਤੇਰੇ 'ਤੇ ਕਿਰਪਾ ਕਰਾਂਗੇ। ਸਿੱਖ ਕਈ ਸਾਲ ਬਰਤਨਾਂ ਦੀ ਸੇਵਾ ਕਰਦਾ ਰਿਹਾ, ਨਾਮ ਜਪਦਾ ਰਿਹਾ। ਇੱਕ ਦਿਨ ਉਸੇ ਬਗੀਚੇ ਵਿੱਚ ਖੜ੍ਹੇ ਸਿੱਖ ਨੇ ਆ ਕੇ ਮੱਥਾ ਟੇਕਿਆ, ਕਲਗੀਧਰ ਪਾਤਸ਼ਾਹ ਨੂੰ ਨਮਸਕਾਰ ਹੀ ਕੀਤਿਆ। ਮਹਾਰਾਜ ਕਹਿੰਦੇ ਸਿੱਖਾ ਬਰਤਨ ਸ਼ੁੱਧ ਹੋ ਗਿਆ। ਮੱਥੇ 'ਤੇ ਉਹ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹਸਤ ਰੱਖੇ, ਉਹ ਅਗਿਆਨ ਦਾ ਪਰਦਾ ਚੁੱਕ ਕੇ ਪਰੇ ਮਾਰਿਆ। ਹੁਣ ਉਹੀ ਉਹਨਾਂ ਫੁੱਲਾਂ ਵਿੱਚੋਂ ਹੀ, ਉਹਨਾਂ ਹੀ ਸਾਰੇ ਬਗੀਚਿਆਂ ਵਿੱਚੋਂ ਕੀ ਵੇਖਦਾ ਕਿ ਜਰੇ ਜਰੇ ਵਿੱਚੋਂ ਪਰਮੇਸ਼ਰ ਦੇ ਦਰਸ਼ਨ ਹੋਣ ਲੱਗ ਪਏ। ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਕਿ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਮੈਨੂੰ ਹੁਣ ਫੁੱਲ ਨਹੀਂ ਦਿਖਾਈ ਦਿੰਦੇ, ਮੈਨੂੰ ਵੱਖ ਵੱਖ ਸੁਗੰਧੀ ਨਹੀਂ ਦਿਖਾਈ ਦਿੰਦੀ, ਮੈਨੂੰ ਤਾਂ ਸਾਰਿਆਂ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੋਣ ਲੱਗ ਪਏ। ਇਉਂ ਅਗਿਆਨ ਦਾ ਪਰਦਾ ਸਿੱਖ ਦਾ ਚੁੱਕ ਕੇ ਦੂਰ ਕਰ ਦਿੱਤਾ, ਲਾਂਭੇ ਕਰ ਦਿੱਤਾ। ਇਉਂ ਭਾਈ ਉਹਨਾਂ ਨੂੰ ਜਗਤ ਦੀ ਜਿਹੜੀ ਵਿਚਿੱਤਰਤਾ ਨਾ, ਵੱਖਰਾਪਣ, ਇਹ ਨਹੀਂ ਦਿਖਾਈ ਦਿੰਦਾ, ਸਾਰਿਆਂ ਵਿੱਚੋਂ ਰੱਬ ਹੀ ਦਿਸਦਾ ਹੈ। ਏਕ ਰੂਪ ਲਖੀਅਤ ਸਭ ਮਾਹੀ, ਸਾਰਿਆਂ ਵਿੱਚ ਇੱਕ ਵਾਹਿਗੁਰੂ ਦਾ ਰੂਪ ਹੀ ਵੇਖਦੇ ਐ। ਅਬ ਸੁਣ ਮਨਮੁਖ ਕੀ ਬਿਦ ਤੀਨ, ਇਹ ਸੁਣ ਲਿਆ ਨਾ ਜੀ, ਪਹਿਲੇ ਗੁਰਮੁਖ, ਦੂਜੇ ਗੁਰਮੁਖ ਤਾਰ, ਤੀਜੇ ਗੁਰਮੁਖ ਤਮ, ਇਹ ਤਿੰਨ ਤਰ੍ਹਾਂ ਦੀ ਗੁਰਮੁਖਾਂ ਦੀ ਅਵਸਥਾ ਦੱਸ ਦਿੱਤੀ ਹੈ। ਹੁਣ ਅੱਗੇ ਸੰਗਤ ਜੀ ਸੱਚੇ ਪਾਤਸ਼ਾਹ ਮਨਮੁਖਾਂ ਦੀ ਹਾਲਤ ਦੱਸਦੇ ਹੈ। ਮਹਾਰਾਜ ਕਹਿੰਦੇ ਭਾਈ ਮਨਮੁਖ ਵੀ ਤਿੰਨ ਤਰ੍ਹਾਂ ਦੇ ਹਨ। ਕਿਨ ਜੇ ਤਿੰਨ ਸਗਨੀ ਕੀ ਕੀਨ, ਪਹਿਲਾ ਮਨਮੁਖ ਇਹੋ ਜਿਹਾ ਹੁੰਦਾ, ਇਹ ਇਕੱਲਾ ਮਨਮੁਖ, ਜਿਵੇਂ ਪਹਿਲਾਂ ਇਕੱਲੇ ਗੁਰਮੁਖ ਦੀ ਵਿਆਖਿਆ ਕੀਤੀ, ਹੁਣ ਇਕੱਲੇ ਮਨਮੁਖ ਦੀ। ਕਹਿੰਦੇ ਮਨਮੁਖ ਕਿਹੋ ਜਿਹਾ ਹੁੰਦਾ? ਜਿਹਦਾ ਮਨ ਵੱਲ ਮੁੱਖ ਹੈ, ਜੋ ਮਨ ਕਹਿੰਦਾ ਉਹੀ ਕਰਦਾ। ਕਹਿੰਦਾ ਜੇ ਕੋਈ ਮਨਮੁਖ ਦੇ ਨਾਲ ਚੰਗਾ ਕਰੇ, ਚੰਗਿਆਈ ਕਰੇ, ਭਲਿਆਈ ਕਰੇ ਮਨਮੁਖ ਦਾ, ਮਨਮੁਖ ਉੱਤੇ ਪਰਉਪਕਾਰ ਕਰੇ, ਸੋ ਬਿਸਾਰ ਠਾਨੈ ਬੁਰਿਆਈ। ਉਹ ਮਨਮੁਖ ਬੰਦਾ ਅਗਲੇ ਦੀ ਭਲਿਆਈ ਮਨ ਵਿੱਚੋਂ ਭੁਲਾ ਦਿੰਦਾ, ਉਲਟਾ ਜਿਹਨੇ ਭਲਾ ਕੀਤਾ ਉਹਦਾ ਬੁਰਾ ਲੋਚਣ ਲੱਗ ਜਾਂਦਾ, ਉਹਦਾ ਬੁਰਾ ਕਰਨ ਦੀ ਤਾਕ ਵਿੱਚ ਰਹਿੰਦਾ ਹਮੇਸ਼ਾ। ਕਿਸੇ ਸੰਗ ਭਲੋ ਨਾ ਕਰਹਿ ਕਦਾਈ, ਕਿਸੇ ਦਾ ਵੀ ਮਨਮੁਖ ਕਦੇ ਭਲਾ ਨਹੀਂ ਕਰਦਾ। ਪਿੰਡਾਂ 'ਚ ਵੀ ਇਹੋ ਜਿਹੇ ਬੰਦੇ ਹੁੰਦੇ ਜਿਹਨਾਂ ਤੋਂ ਸਾਰੀ ਉਮਰ ਚੰਗਾ ਕੰਮ ਹੀ ਨਹੀਂ ਹੁੰਦਾ ਕਦੇ, ਉਹ ਮਨਮੁਖ ਹੁੰਦੇ ਆ। ਸ਼ਹਿਰਾਂ 'ਚ ਵੀ ਹੁੰਦੇ ਆ, ਮੈਂ ਤਾਂ ਵੈਸੇ ਇੱਕ ਪ੍ਰਮਾਣ ਹੀ ਦਿੱਤਾ, ਹਰ ਥਾਂ 'ਤੇ ਐਸੇ ਲੋਕ ਹੁੰਦੇ ਆ। ਮਹਾਰਾਜ ਕਹਿੰਦੇ ਭਾਈ ਮਨਮੁਖ ਜਿਹੜਾ ਹੈ ਉਹ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦਾ, ਜ਼ਿੰਦਗੀ ਵਿੱਚ ਉਹਦੇ ਹੱਥੋਂ ਭਲਾ ਹੁੰਦਾ ਹੀ ਨਹੀਂ, ਨੇਕ ਕਰਮ ਉਹ ਕਰ ਹੀ ਨਹੀਂ ਸਕਦਾ। ਜਿਸਨੇ ਮਨ ਹੀ ਕੋ ਮੁਖ ਕੀਨ, ਉਹਨੇ ਮਨ ਵੱਲ ਹੀ ਆਪਣਾ ਮੁਖ ਕੀਤਾ, ਜੋ ਮਨ ਕਹਿੰਦਾ ਉਹੀ ਕਰਦਾ। ਜੋ ਮਨ ਵਿੱਚ ਅੱਜ ਦੇ ਪ੍ਰਚਾਰਕ ਮਨਮੁਖੀ ਆ ਨਾ ਬਹੁਤੇ, ਜੋ ਮਨ ਦੀਆਂ ਦਲੀਲਾਂ ਘੜਦੇ ਆ ਉਹੀ ਲੋਕਾਂ 'ਤੇ ਲਾਗੂ ਕਰਦੇ ਆ, ਜਿਹੜੀ ਗੱਲ ਆਪਣੇ 'ਤੇ ਲਾਗੂ ਨਹੀਂ ਹੁੰਦੀ ਵੇਖਦੇ
ਉਸ ਨੂੰ ਕਹਿ ਦਿੰਦੇ ਆ ਵੀ ਇਹ ਤਾਂ ਬ੍ਰਾਹਮਣਵਾਦ ਹੈ ਜੀ, ਇਹ ਮਨਮਤ ਹੈ ਜੀ, ਇਹ ਪਖੰਡ ਹੈ ਜੀ। ਜੇ ਬਈ ਤੂੰ ਇਹ ਕੁਝ ਕਰਨ ਜੋਗਾ ਨਹੀਂ, ਤੇਰੇ ਵਿੱਚ ਸਮਰੱਥਾ ਨਹੀਂ, ਪਰ ਇਹਦੇ ਵਿੱਚ ਤੇਰਾ ਹੀ ਦੋਸ਼ ਹੈ ਨਾ, ਕਿਸੇ ਹੋਰ ਦਾ ਦੋਸ਼ ਨਹੀਂ। ਤੂੰ ਮਿਹਨਤ ਨਹੀਂ ਕੀਤੀ, ਮੁਸ਼ਕਤ ਨਹੀਂ ਕੀਤੀ, ਘਾਲਣਾ ਨਹੀਂ ਘਾਲੀ। ਇਹ ਗੱਲ ਥੋੜੋ ਹੈ ਵੀ ਜੇ ਤੂੰ ਨਹੀਂ ਇੱਕ ਕੰਮ ਕਰ ਸਕਦਾ, ਇੱਕ ਬੰਦਾ ਸਾਧ ਸੰਗੀ ਇਕੱਲਾ ਹੀ ਦਸਾਂ ਜਿੰਨਾ ਕੰਮ ਕਰਦਾ, ਔਰ ਕਈ ਵਾਰੀ ਦਸ ਬੰਦੇ ਇਕੱਲੇ ਜਿੰਨਾ ਹੀ ਕੰਮ ਕਰਦੇ ਆ। ਸੋ ਮਨ ਦੇ ਤਲ ਉੱਤੇ ਤੋਲੀ ਜਾਂਦੇ ਆ ਸਭ ਕੁਛ, ਗੁਰੂ ਦੀਆਂ ਬਖਸ਼ਿਸ਼ਾਂ ਨੂੰ, ਗੁਰੂ ਦੀਆਂ ਕਰਾਮਾਤਾਂ ਨੂੰ, ਗੁਰੂ ਦੇ ਖਜ਼ਾਨਿਆਂ ਨੂੰ, ਗੁਰੂ ਦੀਆਂ ਰਿੱਧੀਆਂ ਸਿੱਧੀਆਂ ਨੂੰ, ਗੁਰੂ ਦੇ ਕੌਤਕਾਂ ਨੂੰ ਮਨ ਅਨੁਸਾਰ ਤੋਲੀ ਜਾਂਦੇ ਆ ਵੀ ਜੋ ਸਾਡੇ ਮਨ ਅਨੁਸਾਰ ਇਹ ਗੱਲ ਨਹੀਂ ਘਟਦੀ ਤਾਂ ਹੋ ਹੀ ਨਹੀਂ ਸਕਦੀ। ਇਹ ਮਨਮੁਖੀ ਹੈ ਐਸੇ ਲੋਕ, ਇਸ ਕਰਕੇ ਜਿਨ੍ਹਾਂ ਨੇ ਮਨ ਵਾਲੀ ਮੁੱਖ ਕੀਤਾ ਵੀ ਜੋ ਮਨ ਦੀਆਂ ਦਲੀਲਾਂ, ਜੋ ਮਨ ਦੇ ਵਿਚਾਰ, ਜੋ ਮਨ ਦੇ ਖਿਆਲ ਹੈ, ਮਨ ਦੇ ਖਿਆਲਾਂ ਨੂੰ ਗੁਰਮਤ ਦੀ ਕਸਵੱਟੀ ਉੱਤੇ ਨਹੀਂ ਪਰਖਦੇ, ਗੁਰਮਤ ਦੇ ਅਨੁਸਾਰ ਉਹਨਾਂ ਖਿਆਲਾਂ ਨੂੰ ਨਹੀਂ ਵੇਖਦੇ ਕਿ ਇਹ ਕਰਮ ਕਰਨ ਦੀ ਗੁਰਮਤ ਦੀ ਆਗਿਆ ਨਹੀਂ, ਉਹ ਤਾਂ ਜੋ ਮਨ ਕਹਿੰਦਾ ਉਹੀ ਕਰਦੇ, ਮਨ ਵਾਲੀ ਮੁੱਖ ਕੀਤਾ ਹੋਇਆ ਹੈ। ਮਨ ਕੋ ਕਹਿਓ ਕਰਹਿ ਮਤਹੀਨ, ਮਤ ਤੋਂ ਹੀਣੇ ਮਨ ਦਾ ਕਿਹਾ ਹੋਇਆ ਹੀ ਕਰਦੇ ਆ। ਧਰਮ ਨ ਰੱਖੈ ਨਿੰਦਾ ਕਿਆ ਹੈ, ਔਰ ਧਰਮ ਨਹੀਂ ਸੰਭਾਲ ਕੇ ਰੱਖਦੇ, ਉਲਟਾ ਧਰਮ ਦੀ ਨਿੰਦਿਆ ਕਰਦੇ ਆ ਕਿ ਧਰਮ ਕੀ ਹੁੰਦਾ, ਇਹ ਤਾਂ ਐਵੇਂ ਵਹਿਮ ਹੈ। ਅਨਾਸਤ ਕਹਿੰਦੇ ਆ ਨਾ ਰੱਬ ਦਾ, ਤਾਂ ਕਹਿੰਦੇ ਅਫੀਮ ਵਰਗਾ ਧਰਮ ਨੇ ਨਸ਼ਾ ਲਾਤਾ ਲੋਕਾਂ ਨੂੰ, ਨਾਸਤਕਾ ਗੱਲਾਂ ਕਰਦੇ ਆ। ਉਹ ਮਨਮੁਖ ਹਨ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ, ਜਿਹੜੇ ਮਨਮੁਖ ਹੈ ਧਰਮ ਦੀ, ਧਰਮ ਨੂੰ ਧਾਰਨ ਕਰਕੇ ਨਹੀਂ ਰੱਖਣਗੇ, ਉਲਟਾ ਧਰਮ ਦੀ ਨਿੰਦਿਆ ਕਰਦੇ ਆ। ਕਪਟ ਕੂਰ ਕਰ ਲਪਟ ਤ੍ਰਿਆ ਹੈ, ਮਨਮੁਖ ਬੰਦਾ ਕਪਟ ਕਰੇਗਾ, ਧੋਖਾ ਦੇਗਾ ਹਰ ਇੱਕ ਨੂੰ, ਔਰ ਝੂਠ ਬੋਲੇਗਾ, ਵਿਸ਼ਿਆਂ ਦੇ ਵਿੱਚ ਹਮੇਸ਼ਾ ਲੰਪਟ ਰਹੇਗਾ, ਫਸਿਆ ਰਹੇਗਾ, ਕਿਉਂਕਿ ਦੁਨੀਆਂ ਦੇ ਸੁੱਖਾਂ ਨੂੰ ਸਭ ਕੁਝ ਮੰਨ ਲਿਆ ਉਸਨੇ। ਅਸ ਮਨਮੁਖ ਕੇ ਲੱਛਣ ਜਾਣ, ਇਹੋ ਜਿਹਦੇ ਵਿੱਚ ਲੱਛਣ ਹੋਣ ਉਹ ਮਨਮੁਖ ਹੁੰਦਾ ਹੈ, ਜਾਣਨਾ ਕਰੋ। ਅਬ ਮਨਮੁਖ ਤਰਕੋ ਸੁਣ ਕਾਨ, ਕੰਨ ਦੇ ਕੇ ਮਹਾਰਾਜ ਕਹਿੰਦੇ ਸੁਣੋ ਧਿਆਨ ਨਾਲ ਕਿ ਮਨਮੁਖ ਤਰਕ ਇਹੋ ਜਿਹਾ ਹੁੰਦਾ ਹੈ। ਪਰ ਕੋ ਭਲਾ ਹੋਤ ਦੁੱਖ ਪਾਵੇ, ਕਿਸੇ ਦਾ ਕੋਈ ਚੰਗਾ ਕਾਰਜ ਸਿਵਰਦਾ ਹੋਵੇ ਨਾ, ਮਨਮੁਖ ਵੇਖ ਕੇ ਬੜਾ ਦੁਖੀ ਹੁੰਦਾ। ਕਿਸੇ ਨੂੰ ਚੰਗਾ ਸੁੱਖ ਮਿਲ ਜੇ, ਪਦ ਪਦਵੀ ਮਿਲ ਜੇ, ਅਹੁਦਾ ਮਿਲ ਜੇ, ਜਾਂ ਕੋਈ ਬੰਦਾ ਤਰੱਕੀ ਕਰ ਜਾਏ, ਤਾਂ ਮਨਮੁਖ ਦੇਖ ਕੇ ਭਾਈ ਭਲਾ ਨਹੀਂ ਉਹਨੂੰ ਸਿਖਾਉਂਦਾ, ਬੜਾ ਦੁਖੀ ਹੁੰਦਾ ਹੈ। ਕਿਮ ਬਿਗਰੇ ਅਸ ਯਤਨ ਬਣਾਵੇ, ਉਹ ਯਤਨਾਂ ਵਿੱਚ ਹੀ ਉਸ ਦਿਨ ਤੋਂ ਲੱਗ ਜਾਂਦਾ ਵੀ ਇਹਨੂੰ ਆਹ ਕੁਝ ਮਿਲ ਗਿਆ, ਇਸ ਕੁਝ ਮਿਲੇ ਹੋਏ ਨੂੰ ਕਿਵੇਂ ਨਾ ਕਿਵੇਂ ਇਹਦੇ ਕੋਲੋਂ ਖੋਈਏ, ਇਹਦਾ ਸਭ ਕੁਝ ਚੰਗੇ ਕੰਮ ਹੁੰਦੇ ਵਿਗਾੜ ਦਈਏ, ਰੋਕ ਦਈਏ। ਇਉਂ ਵਿਗਾੜਨ ਵਿੱਚ ਹੀ, ਇਹਨਾਂ ਯਤਨਾਂ ਵਿੱਚ ਹੀ ਲੱਗਾ ਰਹਿੰਦਾ ਮਨਮੁਖ ਦਾ, ਤਰਦਾ ਇਹੋ ਜਿਹਾ ਸੁਭਾਅ ਹੈ। ਦੇਖਤ ਸੁਣਤ ਤਪਤ ਅਤ ਛਾਤੀ, ਕਹਿੰਦੇ ਕਿਸੇ ਦਾ ਸੁੱਖ ਵੇਖ ਕੇ, ਕਿਸੇ ਦੀ ਸ਼ੋਭਾ ਵੇਖ ਕੇ, ਕਿਸੇ ਨੂੰ ਪ੍ਰਸੰਨ ਵੇਖ ਕੇ, ਜਿਹੜਾ ਮਨਮੁਖ ਹੈ ਨਾ ਉਹ ਦੇਖ ਕੇ ਵੀ, ਸੁਣ ਕੇ ਉਹਦੀ ਛਾਤੀ ਅੱਗ ਵਾਂਗੂ ਤਪ ਜਾਂਦੀ ਹੈ ਈਰਖਾ ਦੀ ਅੱਗ ਵਿੱਚ।
ਮਨਮੁਖ ਸੜ ਬਲ ਜਾਂਦਾ ਹੈ। ਚਿਤ ਵਹਿ ਕੋ ਹੋਵੇ ਇਸ ਘਾਤੀ, ਇੱਕੋ ਹੀ ਮਨ ਚਿਤਵਤਾ ਰਹਿੰਦਾ ਕਿ ਇਸ ਬੰਦੇ ਦਾ ਨਾਸ ਕਿਵੇਂ ਨਾ ਕਿਵੇਂ ਹੋ ਜਾਏ, ਵੀ ਇਹ ਬੰਦਾ ਮਰ ਜਾਏ ਜਿਉਂਦਾ ਨਾ ਰਵੇ। ਭਾਵ ਅਗਲੇ ਦਾ ਬੁਰਾ ਕਰਨ ਤੱਕ ਹੀ ਸੋਚਦਾ ਹੈ, ਮਾਰਨ ਤੱਕ। ਅਪਰ ਭਲਾ ਕੋ ਕਹਾਂ ਸੁਹਾਏ, ਹੋਰ ਕਿਸੇ ਦਾ ਭਲਾ ਕਰਨਾ ਜਾਂ ਉਹਦੇ ਉੱਤੋਂ ਭਲਾ ਹੋਣਾ ਤਾਂ ਕਦੇ ਉਹਨੂੰ ਸਿਖਾਉਂਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ ਹੈ। ਸਖਾ ਭਲੇ ਕੋ ਸੁਣ ਤਪਤਾਏ, ਉਹ ਤਾਂ ਜਿਹੜਾ ਅਸਲੀ ਮਨਮੁਖ ਤਰ ਹੁੰਦਾ ਨਾ, ਉਹਦੀ ਨਿਸ਼ਾਨੀ ਕੀ ਹੈ? ਆਪਣਾ ਜਿਹੜਾ ਉਹਦਾ ਅਸਲੀ ਮਿੱਤਰ ਵੀ ਹੋਵੇ ਨਾ, ਗੁਰਮੁਖਾਂ ਦੇ ਵੀ ਮਿੱਤਰ ਹੁੰਦੇ ਆ, ਮਨਮੁਖਾਂ ਦੇ ਵੀ ਮਿੱਤਰ ਹੁੰਦੇ ਆ, ਪਰ ਮਨਮੁਖ ਅੰਦਰੋਂ ਕਹਿੰਦੇ ਇੰਨਾ ਬੁਰਾ ਹੁੰਦਾ, ਇੰਨਾ ਕਪਟੀ ਹੁੰਦਾ। ਮਹਾਰਾਜ ਕਹਿੰਦੇ ਮਨਮੁਖ ਆਪਣੇ ਸਖਾ ਮਿੱਤਰ ਦਾ ਵੀ ਭਲਾ ਨਹੀਂ ਕਦੇ ਲੋਚੇਗਾ, ਆਪਣੇ ਮਿੱਤਰ ਦਾ ਵੀ ਚੰਗਾ ਹੁੰਦਾ ਹੋਇਆ ਦੇਖ ਨਹੀਂ ਸਕਦਾ ਹੈ ਕਦੇ ਵੀ। ਮੁਖ ਤੇ ਮਿੱਠੀ ਕਹਿ ਸੁਣਾਵੇ, ਫਿਰ ਉਹਦਾ ਮਨ ਤਪ ਜਾਂਦਾ, ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰੇਗਾ ਆਪਣੇ ਸਾਥੀਆਂ ਨਾਲ ਤੇ ਲੋਕਾਂ ਵਿੱਚ। ਜਵਾਨ ਦਾ ਮਨਮੁਖ ਬਹੁਤਾ ਮਿੱਠਾ ਵੀ ਹੁੰਦਾ ਹੈ ਕਈ ਵੇਰੀ, ਨਹਿ ਉਰ ਚਰਹਿ ਸੋ ਜਰ ਜਰ ਜਾਵੇ। ਪਰ ਜੇ ਕੋਈ ਸੁਖੀ ਹੈ ਨਾ, ਉਹ ਜਰ ਨਹੀਂ ਸਕਦਾ, ਸਹਾਰ ਨਹੀਂ ਸਕਦਾ, ਉਹ ਤਾਂ ਈਰਖਾ ਦੀ ਅੱਗ ਵਿੱਚ ਸੜ ਸੜ ਬਲ ਬਲ ਜਾਂਦਾ ਜਲਦਾ ਹੈ। ਹਿਤ ਅਨਹਿਤ ਸਮ ਏਕ ਵਿਚਾਰ, ਹਿਤ ਅਨਹਿਤ ਭਲਾ ਤੇ ਬੁਰਾ ਇਸ ਨੂੰ ਇੱਕੋ ਹੀ ਪੱਲੜੇ ਵਿੱਚ ਤੋਲਦਾ, ਇਹਦੇ ਵਿੱਚ ਫਰਕ ਨਹੀਂ ਸਮਝਦਾ, ਬੁਰਾ ਭਲਾ ਇੱਕੋ ਜਿਹਾ ਹੀ ਸਮਝਦਾ ਹੈ ਜ਼ਿੰਦਗੀ ਵਿੱਚ ਜਿਹੜਾ ਮਨਮੁਖ ਹੁੰਦਾ ਹੈ। ਤਰ ਸਭ ਕੋ ਬੁਰੋ ਹੋਏ ਸੁਖ ਧਾਰ, ਕਹਿੰਦਾ ਸਾਰਿਆਂ ਦਾ ਬੁਰਾ ਹੋ ਜਾਏ, ਦੁਨੀਆਂ ਸੁਖੀ ਕਿਉਂ ਵਸਦੀ ਹੈ, ਸਾਰੀ ਦੁਨੀਆਂ ਉੱਜੜ ਜਾਏ, ਫਿਰ ਮੇਰੇ ਮਨ ਨੂੰ ਚੈਨ ਲੱਗੇਗੀ। ਇੱਕ ਵਾਰੀ ਕੋਈ ਸਿੰਘ ਮੀਂਹ ਪੈਣ ਲੱਗ ਗਿਆ, ਹੈ ਤਾਂ ਬਲਾਸ ਦਾ ਬਚਨ ਹੈ, ਤੇ ਮੀਂਹ ਪਿਆ, ਗਰਮੀ ਦੀ ਰੁੱਤ ਦੇ ਵਿੱਚ ਸਾਰਿਆਂ ਦੇ ਮਨ ਨੂੰ ਖੁਸ਼ੀ ਹੁੰਦੀ ਹੈ। ਕਹਿੰਦਾ ਇੰਨਾ ਮੀਂਹ ਪਵੇ, ਇੰਨਾ ਮੀਂਹ ਪਵੇ, ਦਸ ਦਸ ਫੁੱਟ ਪਾਣੀ ਪੰਜਾਬ 'ਚ ਆ ਜਾਏ ਤੇ ਸਾਰੇ ਲੋਕ ਰੁੜ ਕੇ ਬਿਆਸ ਦਰਿਆ ਵਿੱਚ ਡੁੱਬ ਜਾਣ। ਮੈਂ ਕਿਹਾ ਚੰਗਾ ਤੇਰਾ ਸੁਭਾਅ, ਗੁਰਮੁਖਾਂ ਵਾਲੀ ਤੇਰੀ ਰਹਿਣੀ ਹੈ, ਨਿਤਨੇਮ ਤੂੰ ਕਰਦਾ, ਸੋਚ ਤੇਰੀ ਮਨਮੁਖਾਂ ਵਾਲੀ ਹੈ। ਮੈਂ ਕਿਹਾ ਮਨਮੁਖ ਇੱਦਾਂ ਸੋਚਦਾ, ਇਹੋ ਜਿਹੀ ਗੱਲ ਕਦੇ ਮਨ ਵਿੱਚ ਵੀ ਨਹੀਂ ਲਿਆਉਣੀ। ਸੋ ਮਨਮੁਖ ਜਿਹੜਾ ਉਹ ਇਸ ਤਰ੍ਹਾਂ ਕਰਦਾ ਸਾਧ ਸੰਗਤ ਜੀ, ਕਿ ਉਹ ਸਭ ਦਾ ਬੁਰਾ ਹੀ ਲੋਚਦਾ, ਕਿਸੇ ਦਾ ਭਲਾ ਨਹੀਂ ਲੋਚਦਾ ਕਦੇ ਵਾਸਤੇ ਵੀ। ਉਹ ਇਹੀ ਚਾਹੁੰਦਾ ਕਿ ਜੇ ਸਭ ਦਾ ਬੁਰਾ ਹੋ ਜਾਏ ਨਾ, ਫਿਰ ਉਹਦੇ ਮਨ ਨੂੰ ਬੜੀ ਸ਼ਾਂਤੀ ਆਉਂਦੀ ਹੈ, ਕਿਸੇ ਨੂੰ ਸੁਖੀ ਨਹੀਂ ਵੇਖਦਾ, ਦੁਖੀ ਵੇਖ ਕੇ ਬੜਾ ਹਾਸਾ ਮਖੌਲ ਠੱਠਾ ਕਰਦਾ, ਬੜਾ ਖੁਸ਼ ਹੁੰਦਾ ਹੈ। ਸਭ ਜਗ ਕੋ ਬੈਰੀ ਸਮਝਾਨਾ, ਸਾਰੇ ਲੋਕਾਂ ਨੂੰ ਸੰਸਾਰ ਨੂੰ ਬੈਰੀਆਂ ਦੀ ਤਰ੍ਹਾਂ ਵੇਖਦਾ ਹੈ ਮਨਮੁਖ। ਬਹੁਤਨ ਸੰਗਤ ਵੈਸ਼ ਹੀ ਠਾਨਾ, ਬਹੁਤਿਆਂ ਨਾਲ ਉਹ ਬੈਰੀ ਪਾ ਕੇ ਰੱਖਦਾ, ਕਿਸੇ ਨਾਲ ਪ੍ਰੇਮ ਮਿਲ ਵਰਤਣ ਏਕਤਾ ਨਹੀਂ ਰੱਖਦਾ ਹੈ। ਅਬ ਮਨਮੁਖ ਤਮ ਕੋ ਸੁਣ ਨਹਿ ਕਾਨ, ਮਹਾਰਾਜ ਕਹਿੰਦੇ ਹੁਣ ਤੀਜਾ ਅੱਤ ਦਰਜੇ ਦਾ ਜਿਹੜਾ ਮਨਮੁਖ ਹੈ ਤਮ, ਉਹ ਵੀ ਸੁਣਨਾ ਕਰੋ ਕੰਨ ਦੇ ਕੇ। ਸਭ ਕੋ ਬੁਰਾ ਆਪਣੋ ਹਿਤ ਜਾਣ, ਉਹ ਕਹਿੰਦਾ ਵੀ ਸਾਰਾ ਸੰਸਾਰ ਦਾ ਬੁਰਾ ਹੋ ਜਾਏ ਨਾ, ਇਸੇ ਵਿੱਚ ਹੀ ਮੇਰਾ ਭਲਾ ਹੈ। ਉਹ ਇੰਨੀ ਮਾੜੀ ਦ੍ਰਿਸ਼ਟੀ ਹੈ,
ਇੰਨੀ ਨੀਵੀਂ ਸੋਚ ਹੈ। ਸਤਿਗੁਰ ਸ਼ਬਦ ਸਰਵਨ ਨਹਿ ਕਰੈ, ਉਹ ਕਦੇ ਗੁਰੂ ਘਰ ਨਹੀਂ ਆਏਗਾ, ਗੁਰ ਸ਼ਬਦ ਨਹੀਂ ਸੁਣੇਗਾ, ਗੁਰ ਉਪਦੇਸ਼ ਨਹੀਂ ਸੁਣੇਗਾ, ਸੰਗਤ ਵਿੱਚ ਨਹੀਂ ਕਦੇ ਬੈਠੇਗਾ ਭੁੱਲ ਕੇ ਵੀ। ਕਥਾ ਪੁਰਾਨ ਕਾਨ ਨਹਿ ਧਰੈ, ਕਥਾ ਧਰਮ ਸ਼ਾਸਤਰਾਂ ਦੀ ਕਥਾ ਕਦੇ ਕੰਨਾਂ ਨਾਲ ਸੁਣ ਕੇ ਧਾਰਨ ਨਹੀਂ ਕਰਦਾ, ਨਾ ਹੀ ਉਹ ਕਥਾ ਸੁਣਦਾ ਹੈ ਕਦੇ ਵਾਸਤੇ ਵੀ। ਦਾਨ ਪੁੰਨ ਇਸ਼ਨਾਨ ਬਹੀਨ, ਉਹ ਜਿਹੜਾ ਮਨਮੁਖ ਤਮ ਹੁੰਦਾ ਕਦੇ ਦਾਨ ਨਹੀਂ ਜ਼ਿੰਦਗੀ ਵਿੱਚ ਕਰੂਗਾ ਭੁੱਲ ਕੇ ਵੀ। ਪੁੰਨ ਕਿਸੇ ਦਾ ਭਲਾ ਨਹੀਂ ਉਹ ਤੋਂ ਹੁੰਦਾ, ਤੇ ਇਸ਼ਨਾਨ ਤੋਂ ਵੀ ਖਾਲੀ ਹੁੰਦਾ, ਨਾ ਦਾਨ ਕਰਦਾ ਨਾ ਪੁੰਨ ਕਰਦਾ ਨਾ ਉਹ ਇਸ਼ਨਾਨ ਕਰਦਾ ਹੈ। ਗੁਰੂ ਕਹੇ ਜੀਵਕਾ ਤੀਨ, ਔਰ ਝੂਠ ਬੋਲ ਬੋਲ ਕੇ ਉਪਜੀਵਕਾ ਆਪਣੀ ਕਮਾਉਂਦਾ, ਝੂਠ ਬੋਲ ਬੋਲ ਕੇ, ਝੂਠ ਇੰਨਾ ਬੋਲਦਾ, ਠੱਗੀਆਂ ਮਾਰਦਾ ਤੇ ਲੋਕਾਂ ਦਾ ਧਨ ਲੁੱਟਦਾ ਜਾਂਦਾ ਹੈ। ਇਮ ਭਾਖੈ ਜਹ ਨਰ ਸਮੁਦਾਈ, ਜਿੱਥੇ ਲੋਕ ਬਹੁਤੇ ਬੈਠੇ ਹੋਏ ਹੋਣ ਨਾ ਸੱਥਾਂ ਵਿੱਚ, ਜਾਂ ਸਾਧ ਸੰਗਤ ਜੀ ਦਰਵਾਜ਼ਿਆਂ ਅੱਗੇ ਲੋਕ ਬੈਠੇ ਹੁੰਦੇ ਸਨ, ਜਿੱਥੇ ਬਹੁਤੇ ਲੋਕ ਬੈਠੇ ਹੋਏ ਹੋਣ। ਹਮ ਹੈ ਨਾ ਫਲਤ ਕਰੀ ਭਲਿਆਈ, ਕਹਿੰਦਾ ਸਾਨੂੰ ਭਲਿਆਈ ਕਰਨੀ ਕਦੇ ਫਲਦੀ ਨਹੀਂ, ਅਸੀਂ ਤਾਂ ਜਿੰਨਾ ਬੁਰਾ ਕਰੀਏ ਉਨਾ ਹੀ ਸਾਨੂੰ ਆਨੰਦ ਆਉਂਦਾ, ਮਜ਼ਾ ਆਉਂਦਾ, ਬੜਾ ਅਸੀਂ ਸੁੱਖ ਪਾਈਦਾ, ਸਾਨੂੰ ਭਲਿਆਈ ਕਰਨੀ ਕਦੇ ਚੰਗਾ ਨਹੀਂ ਚੰਗਾ ਰਿਜ਼ਲਟ ਨਹੀਂ ਦਿੰਦੀ ਹੈ। ਗਰਤ ਬੁਰਾਈ ਹੀ ਸੁੱਖ ਪਾਵੇ, ਜਿੰਨਾ ਅਸੀਂ ਕਿਸੇ ਦਾ ਬੁਰਾ ਕਰਦੇ ਹਾਂ ਬੁਰਿਆਈ ਕਰਦੇ ਉਨਾ ਹੀ ਸਾਨੂੰ ਸੁੱਖ ਵਾਧੂ ਮਿਲਦਾ, ਇਹ ਮਨਮੁਖ ਤਮ ਸੋਚਦਾ ਹੈ ਤੇ ਲੋਕਾਂ ਵਿੱਚ ਹੁੱਬ ਹੁੱਬ ਕੇ ਇਹੋ ਜਿਹੀਆਂ ਗੱਲਾਂ ਕਰਦਾ ਹੈ। ਅਸ ਮਨਮੁਖ ਤਮ ਨਰਕ ਸਿਧਾਵੇ, ਇਹੋ ਜਿਹਾ ਤਮ ਮਨਮੁਖ ਕਹਿੰਦੇ ਮਹਾਰਾਜ ਕਹਿੰਦੇ ਨਰਕਾਂ 'ਚ ਹੀ ਸਿੱਧਾ ਜਾਏਗਾ, ਕਿਤੇ ਵੀ ਉਹਨੂੰ ਢੋਈ ਨਹੀਂ ਮਿਲੇਗੀ। ਘੋਰ ਸਜਾਇਨ ਸਹਿ ਸਰੀਰ, ਔਰ ਉਹਦੇ ਸਰੀਰ ਉੱਤੇ ਬੜੀਆਂ ਜਮਾਂ ਦੀਆਂ ਸਜਾਵਾਂ ਉਹਨੂੰ ਸਹਾਰਨੀਆਂ ਪੈਂਦੀਆਂ, ਬੜੇ ਦੁੱਖ ਭੋਗਦਾ ਹੈ। ਜਨਮ ਮਰਨ ਕੀ ਪੁੰਨ ਪੁੰਨ ਪੀਰ, ਉਹ ਜੰਮਦਾ ਮਰਦਾ ਬਾਰ ਬਾਰ ਜੰਮਣ ਮਰਨ ਦੀਆਂ ਪੀੜਾਂ ਦੁੱਖਾਂ ਨੂੰ ਸਹਾਰਦਾ ਹੈ, 84 ਲੱਖ ਦੇ ਚੱਕਰ ਵਿੱਚ ਪੈਂਦਾ ਹੈ। ਸੁਣ ਤੀਨੋ ਗੁਰ ਕੋ ਉਪਦੇਸ਼, ਤੀਨਾਂ ਨੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਿਆ ਬੜੇ ਪ੍ਰੇਮ ਦੇ ਨਾਲ। ਗੁਰਮੁਖ ਲੱਛਣ ਧਰੇ ਅਸ਼ੇਸ਼, ਭਾਈ ਕੁੱਲਾ ਭਾਈ ਭੁੱਲਾ ਭਾਈ ਭਗੀਰਥ, ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਗੁਰੂ ਮਹਾਰਾਜ ਜੀ ਦਾ ਉਪਦੇਸ਼ ਸੁਣਿਆ, ਸਾਰੇ ਗੁਰਮੁਖਾਂ ਵਾਲੇ ਗੁਣ ਧਾਰਨ ਕੀਤੇ ਇਹਨਾਂ ਨੇ ਆਪਣੇ ਜੀਵਨ ਵਿੱਚ, ਜੋ ਜੋ ਸਤਿਗੁਰਾਂ ਨੇ ਕਹੇ ਸਨ। ਸ੍ਰੀ ਸਤਿਗੁਰ ਕੋ ਸੇਵਤ ਰਹੇ, ਜਿੰਨਾ ਚਿਰ ਸਰੀਰ ਰਿਹਾ ਸਤਿਗੁਰੂ ਜੀ ਦੇ ਦਰ ਦੀ ਸੇਵਾ ਕਰਦੇ ਰਹੇ, ਨਾਮ ਜਪਦੇ ਰਹੇ। ਨਿਜ ਸਰੂਪ ਮੈਂ ਥਿਰਤਾ ਲਹੇ, ਆਪਣਾ ਸਰੂਪ ਕੀ ਹੈ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇਹਨਾਂ ਨੇ ਅਭੇਦਤਾ ਅਖੀਰ ਨੂੰ ਪ੍ਰਾਪਤ ਕਰ ਲਈ, ਬ੍ਰਹਮ ਗਿਆਨ ਦੀ ਦਾਤ ਇਹਨਾਂ ਗੁਰਮੁਖਾਂ ਨੂੰ ਗੁਰਸੰਗਤ ਦੀ ਪ੍ਰਾਪਤ ਹੋਈ। ਸੋ ਐਸੇ ਗੁਰਮੁਖਾਂ ਦੇ ਪ੍ਰਸੰਗ ਬੜੇ ਪ੍ਰੇਮ ਨਾਲ ਇਕਾਗਰ ਚਿੱਤ ਬੈਠ ਕੇ ਸੁਣੇ ਹਨ। ਸਾਧ ਸੰਗਤ ਜੀ 6 ਜੂਨ ਬਲਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਸਮਾਗਮਾਂ ਵਿੱਚ ਤੁਸੀਂ ਹੁੰਮ ਹੁਮਾ ਕੇ ਰੋਜ਼ਾਨਾ ਜ਼ਰੂਰ ਦਰਸ਼ਨ ਦਿਆ ਕਰਨੇ ਹੈ, ਔਰ 6 ਜੂਨ ਨੂੰ ਤਾਂ ਵਿਸ਼ੇਸ਼ ਤੌਰ 'ਤੇ ਸਾਰੇ ਨਗਰ ਨੇ ਸਾਰੇ ਇਲਾਕੇ ਨੇ ਸ਼ਹੀਦੀ ਸਮਾਗਮਾਂ ਦੇ ਵਿੱਚ ਪਹੁੰਚ ਕੇ ਸ਼ਹੀਦਾਂ ਦੇ ਚਰਨਾਂ ਵਿੱਚ ਆਪਾਂ ਹਾਜ਼ਰੀਆਂ ਲਵਾਉਣੀਆਂ ਹਨ, ਔਰ ਜਿੱਥੇ ਜਿੱਥੇ ਵੀ ਸਮਾਗਮ ਅੱਗੇ ਚੱਲ ਰਹੇ ਹੈ
ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਦੀ ਸ਼੍ਰੀ ਮੁੱਖ ਵਾਕ ਤੋਂ ਬਾਅਦ ਸਾਰੀ ਜਾਣਕਾਰੀ ਦੇਣਗੇ। ਤੋ ਉੱਥੇ ਉੱਥੇ ਸਾਰੀਆਂ ਸੰਗਤਾਂ ਕਥਾ ਦੇ ਸਮਾਗਮਾਂ ਵਿੱਚ ਵੀ ਵੱਧ ਤੋਂ ਵੱਧ ਸਮਾਂ ਕੱਢ ਕੇ ਜ਼ਰੂਰ ਆਪ ਜੀ ਪਹੁੰਚਿਆ ਕਰੋ। ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਡਾਲੇ ਵਾਲੇ ਉਚੇਚੇ ਤੌਰ 'ਤੇ ਪਹੁੰਚੇ ਹੈ ਔਰ ਸੰਤ ਬਾਬਾ ਗੁਰਭੇਟ ਸਿੰਘ ਜੀ ਖੁਡਾਲੇ ਵਾਲਿਆਂ ਨੇ ਇਹ ਸਾਰਾ ਉੱਦਮ ਉਪਰਾਲਾ ਉਹਨਾਂ ਮਹਾਂਪੁਰਖਾਂ ਦਾ ਹੈ ਜਿਨ੍ਹਾਂ ਨੇ ਪ੍ਰੋਗਰਾਮ ਇਸ ਨਗਰ ਵਿੱਚ ਬਣਾਏ। ਸੋ ਮੈਂ ਬਾਬਾ ਜੀ ਦਾ ਵੀ, ਬਾਬਾ ਸੁੱਖਾ ਸਿੰਘ ਜੀ ਦਾ ਵੀ, ਜਥੇਦਾਰ ਤਰਸੇਮ ਸਿੰਘ ਜੀ ਤਾਰਪੁਰ, ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਹਲਕੇ ਤੋਂ ਮੈਂਬਰ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਇਹ ਗੁਰਮੁਖ ਸਾਰੀਆਂ ਰੂਹਾਂ ਪਹੁੰਚੀਆਂ ਮੈਂ ਸਭ ਦਾ ਧੰਨਵਾਦ ਦਿਲ ਦੀਆਂ ਗਹਿਰਾਈਆਂ ਵਿੱਚੋਂ ਰੋਮ ਰੋਮ ਕਰਕੇ ਕਰਦਾ ਹਾਂ। ਦਾਸ ਨੇ ਕਥਾ ਦੀ ਸਮਾਪਤੀ ਤੋਂ ਬਾਅਦ ਆਗਿਆ ਲੈ ਲੈਣੀ ਹੈ, ਕੁਝ ਜ਼ਰੂਰੀ ਰੁਝੇਵੇਂ ਹਨ, ਸੰਗਤ ਇਸੇ ਤਰ੍ਹਾਂ ਜੁੜੀ ਰਹੇ। ਕੁਝ ਮਿੰਟ ਸੰਤ ਬਾਬਾ ਗੁਰਭੇਟ ਸਿੰਘ ਜੀ ਖੁਡਾਲੇ ਵਾਲੇ ਤੁਹਾਡੇ ਦਰਸ਼ਨ ਕਰਨਗੇ, ਕੁਝ ਮਿੰਟ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਡਾਲੇ ਵਾਲੇ, ਥੋੜ੍ਹੇ ਥੋੜ੍ਹੇ ਮਿੰਟ ਹੀ ਮਹਾਂਪੁਰਖਾਂ ਨੇ ਤੁਹਾਡੇ ਦਰਸ਼ਨ ਕਰਨੇ ਹੈ। ਸੋ ਭਾਈ ਇਹ ਸੁਭਾਗ ਹੁੰਦਾ ਇਹੋ ਜਿਹੇ ਮਹਾਂਪੁਰਖ ਕਰਮਾਂ ਨਾਲ ਹੀ ਸਾਨੂੰ ਸੰਗਤ ਦੇ ਵਿੱਚ ਇਹਨਾਂ ਦੇ ਦਰਸ਼ਨ ਹੁੰਦੇ ਹੈ। ਸੋ ਮਹਾਂਪੁਰਖਾਂ ਦੀ ਰਸਨਾ ਤੋਂ ਗੁਰਮਤਿ ਦੇ ਬਚਨ ਸੁਣ ਕੇ ਅਰਦਾਸ ਵਿੱਚ ਹਾਜ਼ਰੀ ਭਰ ਕੇ ਸ਼੍ਰੀ ਮੁੱਖ ਵਾਕ ਤੋਂ ਉਪਰੰਤ ਪ੍ਰਿੰਸੀਪਲ ਗੁਰਦੀਪ ਸਿੰਘ ਜੀ ਤੋਂ ਸਾਰੇ ਪ੍ਰੋਗਰਾਮਾਂ ਦੀ ਰੂਪ ਰੇਖਾ ਸੁਣ ਕੇ ਦੇਗ ਲੈ ਕੇ ਸਤਿਗੁਰੂ ਜੀ ਦੇ ਨਿੱਜ ਅਸਥਾਨ 'ਤੇ ਰਵਾਨਾ ਹੋਣ ਤੋਂ ਬਾਅਦ ਜੋ ਵੀ ਸੰਗਤਾਂ ਲਈ ਜਲ ਪਾਣੀ ਲੰਗਰ ਤਿਆਰ ਹੈ, ਪ੍ਰਬੰਧਕਾਂ ਨੇ ਕੀਤਾ ਹੈ, ਉਹ ਸਾਰਾ ਛੱਕ ਕੇ ਜਾਣਾ, ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸ਼੍ਰੀ ਸਤਿਗੁਰ ਕੋ ਸੇਵਤ ਰਹੇ, ਨਿਜ ਸਰੂਪ ਮਹਿ ਥਿਰਤਾ ਲਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।